ਗਾਹਕ 20 ਸਾਲ ਤੱਕ ਸੂਟ ਢਾਂਦਾ ਰਹੇਗਾ ਤੇ ਖਰਾਬ ਨਹੀਂ ਹੋਣਾ। ਗਾਹਕ ਨੇ ਕਹਿਣਾ ਹੁਣ ਮੈਂ ਅੱਕ ਗਿਆ ਸੂਟ ਪਾ ਪਾ ਕੇ, ਹੁਣ ਚੇਂਜ ਕਰ ਹੀ ਲਵਾਂ। ਤੁਸੀਂ ਮੇਰੇ ਕੋਲ ਕੋਟ ਪੈਂਟਾਂ ਦੀਆਂ ਕੁਆਲਿਟੀਆਂ ਦੇਖੋਗੇ, ਲੋਕ ਕਹਿੰਦੇ ਰੇਮੰਡ ਦਾ ਕੱਪੜਾ ਲਓ ਇੰਨੇ ਦਾ, ਜਦੋਂ ਕਸਟਮਰ ਜਾਂਦਾ ਵਾ ਦੂਜੇ ਤੋਂ ਤੀਜਾ ਥਾਨ ਨਹੀਂ ਖੁੱਲਦਾ ਦੁਕਾਨ ਤੇ। ਵਿਆਹ ਜਿਹੜਾ ਆ ਕਿੰਨਾ ਕੁ ਚਾਹ ਆ, ਵਿਆਹ ਚਾਹ ਤੇ ਸਭ ਨੇ ਹੁੰਦਾ। ਹਾਂ ਹਾਂ ਦੇਖੋ ਜੀ, ਹਰਿਮੰਦਰ ਸਾਹਿਬ ਆਏ ਸੀ ਮੱਥਾ ਟੇਕਣ, ਤੁਹਾਡਾ ਸਾਂਝ ਚੈਨਲ ਦੇਖਿਆ, ਉਸ ਤੋਂ ਲੋਕੇਸ਼ਨ ਪਾ ਕੇ ਅਸੀਂ ਸ਼ੋਪ ਤੇ ਆ ਗਏ। ਕਮਾਈ ਜਾਇਜ਼ ਹੀ ਚੰਗੀ ਅਤੇ ਕੰਮ ਵੀ ਉਹੀ ਆਉਂਦੀ ਹੈ, ਜਿਹੜੀ ਨਜਾਇਜ਼ ਕਮਾਈ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਹਿਸਾਬ ਕਿਤਾਬ ਹੋ ਜਾਂਦਾ, ਨਜਾਇਜ਼ ਕਮਾਈ ਕਦੀ ਕਿਸੇ ਦੇ ਕੰਮ ਨਹੀਂ ਆਉਂਦੀ। ਅੰਮ੍ਰਿਤਸਰ ਵੀ ਟਰਾਈ ਕਰ ਲੈਣ, ਚਾਹੇ ਜਲੰਧਰ ਟਰਾਈ ਕਰ ਲੈਣ, ਚਾਹੇ ਲੁਧਿਆਣਾ ਟਰਾਈ ਕਰ ਲੈਣ, ਉਹ ਰੇਟ ਉਹਨਾਂ ਨੂੰ ਕਿਤੋਂ ਨਹੀਂ ਮਿਲ ਸਕਦਾ ਜੋ ਅਸੀਂ ਕਸਟਮਰ ਨੂੰ ਰੇਟ ਲਾ ਦੇਈਦਾ ਵਾ। ਅੰਮ੍ਰਿਤਸਰ ਤੱਕ ਦੇਖ ਕੇ ਆਏ, ਫਿਰ ਇੱਥੋਂ ਆਣ ਕੇ ਪਸੰਦ ਕਰਨੇ ਸ਼ੁਰੂ ਕੀਤੇ, ਬਹੁਤ ਵਧੀਆ ਮਿਲ ਰਹੇ ਕੱਪੜੇ ਇੱਥੋਂ। ਬਹੁਤ ਸੋਹਣਾ, ਠੀਕ ਹੈ ਜੀ, ਰਾਜੀ ਠੀਕ ਹੀ ਲੱਗਾ ਤੇ ਫਿਰ ਬਾਅਦ ਦੂਜੀ ਵਾਰ ਆਏ ਨਾ, ਉਹ ਪਹਿਲਾਂ ਆਏ ਹੁਣ ਸਾਨੂੰ ਨਾਲ ਲਿਆਏ ਆ। ਦੇਖੋ ਜੀ, ਬੰਦੇ ਦਾ ਇੱਕ ਮਕਸਦ ਹੈਗਾ ਵੀ ਆਪਾਂ ਕਮਾਈ ਨਹੀਂ ਕਰਨੀ, ਆਪਣੀ ਵੈਲਿਊ ਬਣਾਉਣੀ ਹੈ। ਵਰਕ ਦੇਖੋ ਕਿੰਨੇ ਪੈਂਦੇ, ਹੁਣ ਇਹੀ ਸੂਟ ਤੁਸੀਂ ਬੁਟੀਕ 'ਤੇ ਤਿਆਰ ਕਰਾਉਣ ਚਲ ਜਾਓਗੇ ਨਾ, ਤਾਂ 15 ਤੋਂ 20 ਹਜ਼ਾਰ ਚਾਰਜ ਕਰਦੀ ਬੁਟੀਕ ਵਾਲੀ। ਸਾਡੀ ਦੁਕਾਨ ਦੀ ਇਹ ਸਿਫਤ ਹੈ, ਜਿੰਨੀ ਦੇਰ ਤੱਕ ਗਾਹਕ ਨੂੰ ਸੂਟ ਪਸੰਦ ਨਹੀਂ ਨਾ ਆਉਂਦਾ, ਉੰਨੀ ਦੇਰ ਗਾਹਕ ਦੇ ਕੋਲ ਸੂਟ ਨਹੀਂ ਚੁੱਕਦੇ। ਵਧੀਆ ਕਰਕੇ ਇੱਥੇ ਆਉਂਦੇ ਹਾਂ, ਬਹੁਤ ਦੂਰੋਂ ਆਉਂਦੇ। ਕਿੱਥੋਂ ਆਉਂਦੇ ਹਾਂ? ਕਟੂਰ ਸਾਹਿਬ ਲੱਗ ਗਿਆ ਘਸੀਟਪੁਰ। ਅਸੀਂ ਅੱਜ ਇੱਥੇ ਸੈਕਿੰਡ ਟਾਈਮ ਆਏ ਹੈਗੇ ਹਾਂ, ਐਂਡ ਇਹਨਾਂ ਦਾ ਸਟਾਫ ਵੀ ਬਹੁਤ ਕੋਆਪਰੇਟਿਵ ਹੈਗਾ, ਐਂਡ ਜਿਹੜੇ ਇਹਨਾਂ ਦੀ ਵਰਾਇਟੀ ਆ ਬਹੁਤ ਵਧੀਆ ਹੈਗੀ ਆ, ਐਂਡ ਡਿਫਰੈਂਟ ਹੈਗੀ ਆ। ਅਸੀਂ ਲੋਕਾਂ ਵਾਂਗੂ 50% ਨਹੀਂ ਨਾ ਲਾਉਂਦੇ, ਉਹ ਇਹ ਨਹੀਂ ਨਾ ਕਰਦੇ 1000 ਦੀ ਆਈ ਜੀ, ਉਹ ਮੁੰਡੇ ਨੂੰ ਕਹਿੰਦਾ 2000 ਲਾ ਦੇ, ਅਸੀਂ 1000 ਵਾਲੀ ਚੀਜ਼ ਨੂੰ 1050 ਦਾ ਵੇਚ ਦੇਣਾ। ਪਿਓਰ ਪਸ਼ਮੀਨੇ ਦਾ ਸੂਟ ਜੇ 250 ਰੁਪਏ ਤੋਂ ਸਟਾਰਟ ਹੈਗਾ ਸੂਟ। ਪਾਪਾ ਲਈ ਪੈਂਟ ਸ਼ਰਟ ਵੇਖਦਾ ਜੀ। ਆਪਣੇ ਲਈ ਦੱਸੋ, ਆਪਣੇ ਲਈ ਕੀ ਖਰੀਦ? ਆਪਣੇ ਲਈ ਤਾਂ ਜੇ ਖਰੀਦਣਾ, ਮੈਂ ਪਹਿਲਾਂ ਘਰ ਦੇ ਤਿਆਰ ਕਰ ਦਈਏ ਜੀ, ਤੇ ਮੈਨੂੰ ਤਾਂ ਬਹੁਤ ਵਧੀਆ ਵੇਖ ਕੇ ਲੱਗਾ ਵਾ, ਵਿੱਚ ਸਲਾਈ ਵਿੱਚ ਸਾਰਾ ਕੁਝ ਫਿਕਸ ਰੇਟ ਆ। ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਬਿੱਟੂ ਟਿੱਪੂ ਦੀ ਇੱਕ ਇਹੋ ਜਿਹਾ ਦੁਕਾਨ ਹੈਗੀ ਆ ਕਿ ਜਿੱਥੇ ਵਰਾਇਟੀ ਦੀ ਭਰਮਾਰ ਹੈ। ਹਾਂਜੀ, ਬਹੁਤ ਵਧੀਆ ਕੱਪੜਾ ਮਿਲਿਆ, ਬਹੁਤ ਵਧੀਆ ਸਸਤਾ ਮਿਲਿਆ, ਠੀਕ ਠਾਕ ਮਿਲਿਆ। ਹਾਂਜੀ, 25,000 ਦਾ ਬਿੱਲ ਜਿੰਦਾ ਬਣਦਾ ਵਾ, ਅਸੀਂ ਇੱਕ ਅਟੈਚੀ ਫ੍ਰੀ ਦਿੰਦੇ ਹਾਂ। ਕੱਪੜਾ ਮੇਰਾ ਕੁਆਲਿਟੀ ਵਾਲਾ ਵਾ, ਗਰੰਟੀਡ ਕੱਪੜਾ, ਕੋਈ ਬੁਰਨਿੰਗ ਕੁਛ ਨਹੀਂ ਆ। ਸਾਨੂੰ ਇੱਥੋਂ ਵਧੀਆ ਕੱਪੜਾ ਮਿਲਦਾ ਹੈ, ਮਤਲਬ ਗਰੰਟੀ ਵਾਲਾ ਕੱਪੜਾ ਹੈ, ਕਲਰ ਵੀ ਨਹੀਂ ਜਾਂਦਾ, ਬਾਕੀ ਕੱਪੜਾ ਵੀ ਬੈਸਟ ਹੈਗਾ। ਮੈਂ ਹਮੇਸ਼ਾ CRM ਦਾ ਕੱਪੜਾ ਦਿਖਾਉਂਦਾ ਵਾਂ ਅਤੇ ਕਸਟਮਰ CRM ਦਾ ਕੱਪੜਾ ਵੇਚਦਾ ਕਸਟਮਰ ਨੂੰ। ਦੇਖੋ ਹੁਣ ਆਹ ਸਾਰੇ ਕੁੜਤੇ ਪਿਆ ਮੇਰੇ ਡਿਜ਼ਾਇਨ ਲੱਗੇ ਡਾਰਕ ਕਲਰਸ ਦੇ ਵਿੱਚ, ਆਹ ਸਾਰੇ ਇਹਦੇ ਵਿੱਚ ਰੇਂਜ ਹੈਗੀ ਜੇ 650 ਤੋਂ ਲੈ ਕੇ ਅਤੇ 1200 ਅਤੇ 1300 ਤੱਕ। ਕੱਪੜਾ ਬਹੁਤ ਵਧੀਆ ਵਾ, ਸਾਡੇ ਇਹ ਪੱਕੇ ਕਸਟਮਰ ਇਹਨਾਂ ਦੇ। ਓਕੇ, ਕਿੰਨੇ ਸਾਲਾਂ ਤੋਂ? ਸਾਨੂੰ ਤਾਂ 8-9 ਸਾਲ ਹੋ ਗਏ। 450 ਰੁਪਏ ਦੀ ਸ਼ਰਟ ਹੈ, 250 ਰੁਪਏ ਦੀ ਸਟਿਚਿੰਗ ਲੱਗਦੀ, 700 ਰੁਪਏ ਦੀ ਸ਼ਰਟ ਅਸੀਂ ਸਟਿਚ ਕਰਵਾ ਕੇ ਦਿੰਦੇ ਹਾਂ ਵਾਲੀ। ਜੇ ਸਹੀ ਲੈਣਾ, ਸਸਤਾ ਲੈਣਾ ਅਤੇ ਵਧੀਆ ਲੈਣਾ ਤਾਂ ਫਿਰ ਬਿੱਟੂ ਦੇ ਡਿਪੂ 'ਤੇ ਆ ਜਾਓ। ਹੈਲੋ, ਹਾਏ, ਸਤਿ ਸ਼੍ਰੀ ਅਕਾਲ, ਨਮਸਤੇ ਜੀ ਦੋਸਤੋ, ਆਈ ਹੋਪ ਤੁਸੀਂ ਚੰਗੇ ਭਲੇ ਹੋਵੋਗੇ, ਤੰਦਰੁਸਤ ਹੋਵੋਗੇ, ਅਤੇ ਤੰਦਰੁਸਤ ਹੋ ਤਾਂ ਹੀ ਤਾਂ ਤੁਸੀਂ ਸਾਨੂੰ ਮੈਸੇਜਿਸ ਕਰਦੇ ਹੋ, ਕਾਲਸ ਕਰਦੇ ਹੋ, ਅਤੇ ਬਾਰ ਬਾਰ ਕਹਿੰਦੇ ਹੋ ਕਿ ਜੰਡਿਆਲਾ ਗੁਰੂ ਬਿੱਟੂ ਦੇ ਡਿਪੂ 'ਤੇ ਜਾ ਕੇ ਵੇਖੋ ਕਿ ਨਵੀਂ ਵਰਾਇਟੀ ਕੀ ਆਈ ਆ, ਕਿਉਂਕਿ ਕਹਿੰਦੇ ਸਾਨੂੰ ਸਪੈਸ਼ਲੀ ਜਾਣਾ ਪੈਣਾ ਆ, ਅਤੇ ਪਤਾ ਨਹੀਂ ਵੀ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ, ਤਾਂ ਇਸ ਲਈ ਅੱਜ ਅਸੀਂ ਜਿਹੜਾ ਆ ਬਿੱਟੂ ਦੇ ਡਿਪੂ 'ਤੇ ਜਾ ਰਹੇ ਹਾਂ, ਅਤੇ ਤੁਹਾਨੂੰ ਅਸੀਂ ਉੱਥੇ ਦਿਖਾਵਾਂਗੇ ਨਵੀਂ ਵਰਾਇਟੀ, ਔਰ ਖਾਸ ਤੌਰ 'ਤੇ ਤੁਹਾਨੂੰ ਦੱਸ ਦਈਏ ਕਿ ਉੱਥੇ ਦਾਜ ਵਰੀ ਜਿਹੜੀ ਹੈ ਨਾ, ਉੱਥੇ ਇੰਨਾ ਜ਼ਿਆਦਾ ਸਸਤੀ ਮਿਲ ਰਹੀ ਆ, ਔਰ ਦਾਜ ਵਰੀ ਦਾ ਸਮਾਨ ਜੇਕਰ ਤੁਸੀਂ 25,000 ਤੋਂ ਜ਼ਿਆਦਾ ਖਰੀਦਦਾਰੀ ਕਰਦੇ ਆ ਤਾਂ ਇੱਕ ਅਟੈਚੀ ਵੀ ਮਿਲਦਾ ਆ, ਮੈਂ ਸੁਣਿਆ ਆ, ਉੱਥੇ ਜਾ ਕੇ ਅਸੀਂ ਦੇਖਾਂਗੇ ਕਿ ਮਿਲਦਾ ਵੀ ਹੈ ਕਿ ਨਹੀਂ ਮਿਲਦਾ ਆ, ਤਾਂ ਚਲੋ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ, ਜਲਦੀ ਜਲਦੀ ਉੱਥੇ ਪਹੁੰਚਦੇ ਹਾਂ, ਕਿਉਂਕਿ ਮੈਂ ਬੜੀ ਐਕਸਾਈਟਡ ਹਾਂ ਕਿ ਉੱਥੇ ਜਾ ਕੇ ਮੈਂ ਦੇਖਾਂ ਤਾਂ ਸਹੀ ਕਿੱਦਾਂ ਦੀ ਵਰਾਇਟੀ ਆਈ ਹੈ, ਕੀ ਖਾਸ ਆ ਇਸ ਵਾਰ, ਚਲੋ ਆਪਾਂ ਚੱਲਦੇ ਹਾਂ ਫਿਰ। ਸੋ ਫਾਈਨਲੀ ਅਸੀਂ ਬਿੱਟੂ ਦੇ ਡਿਪੂ 'ਤੇ ਪਹੁੰਚ ਚੁੱਕੇ ਹਾਂ, ਅਤੇ ਅੰਦਰ ਕਸਟਮਰਸ ਵੀ ਆਏ ਹੋਏ ਆ, ਅਤੇ ਸ਼ੋਪਿੰਗ ਵੀ ਤੜਕੇ ਹੀ ਸ਼ੁਰੂ ਹੋ ਗਈ ਆ, ਕਿਉਂਕਿ ਹਜੇ ਸਵੇਰ ਆਈ ਹੈ, ਅਤੇ ਸਵੇਰੇ ਸਵੇਰੇ ਜਿਹੜੇ ਕਸਟਮਰ ਆ ਉਹ ਜਲਦੀ ਜਲਦੀ ਇੱਥੇ ਆ ਗਏ ਆ ਸ਼ੋਪਿੰਗ ਕਰਨ ਦੇ ਲਈ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਅਤੇ ਅਸੀਂ ਦੇਖਾਂਗੇ ਕਿ ਨਵੀਂ ਵਰਾਇਟੀ ਜਿਹੜੀ ਆ ਹੁਣ ਬਿੱਟੂ ਦੇ ਡਿਪੂ ਵਾਲੇ ਕਿਹੜੀ ਲੈ ਕੇ ਆਏ ਆ ਕਸਟਮਰਸ ਦੇ ਲਈ, ਅਤੇ ਦੇਖਾਂਗੇ ਕਿ ਕੁਆਲਿਟੀ ਕਿੱਦਾਂ ਦੀ ਹੈ, ਜਾਂ ਫਿਰ ਇਹ ਵੀ ਦੇਖਾਂਗੇ ਕਿ ਜਿਹੜੇ ਕਸਟਮਰ ਆ ਉਹਨਾਂ ਦੀ ਚੋਇਸ ਦੇ ਹਿਸਾਬ ਨਾਲ ਹੀ ਵਰਾਇਟੀ ਲਿਆਂਦੀ ਗਈ ਹੈ,
डिजाइन जड़े आ सो देखांगे कि वैरायटी केड़ी है डिजाइन कितना दे लेके आए क्योंकि पता है कि अजकल व्याह जड़े आ तड़ तड़ हो रहे आ ते विंटर सीजन भी आ चुका है सो आप अंदर जाके पहला देखांगे कि कितना दे डिजाइन दे कपड़े आए आ वो आप हुण अंदर जाके देखते हैं तो कस्टमर नाल भी गलबात करांगे ते जाणांगे कि उन्हां नूं कितना दा लगा इत्थे शॉपिंग करके आओ फिर चलते हैं अंदर सो असी हुण एंटर हो गए हाँ तो इतने कस्टमर आए हुए शॉपिंग करने के लिए उन्होंने सब तो पहला गल करते क्योंकि जाने वाले ही आ मैं लगता जल्दी जल्दी उन्होंने गलबात कर लें सत श्रीकाल सर जी हाँ जी सत श्रीकाल जी शॉपिंग करने आए लगते हैं हाँ जी शॉपिंग करने आए जी स्पैशल हुशियारपुर तो आए हैं सानू इतने बहुत वधिया क्वालिटी मिली स्टाफ बहुत वधिया सर हुणी बहुत नाइस आ जलंधर काफी मदद कर रहा है नतीजा देख लो कि सामने बैठे सर कहते बदौलत ही जरा मेनू कपड़ा जरा वधिया मिलिया सस्ता मिलिया नहीं तो मैं पता नहीं कि रेमंड जरा ब्रांडेड कपड़ा आ कि इन्ना सस्ता भी कितने मिलता है तो सर अपने दोस्तों कदों लेके आ रहे हैं देखो जी हम तो बाहर लॉकडाउन है जो नैक्सट टाइम आने हम मैरिज करवा इतने ही आने सारे जने मेरे नाल बिल्कुल सैटिस्फाइड आ फुल जी फुल सैटिस्फाई करके तीजी बार आए जी अज तीजी बार आए हैं तो पहली बार कितना टाइम हो गया जुड़े नूं देखो जी हरिमंदर साहब आए थे मत्था टेकन ताड़ा सान चैनल देखा उत्तों लोकेशन पा के अभी शॉप पर आ गए उदन थोड़ी शॉपिंग की फिर नैक्सट दो दिन छड के अभी फुल शॉपिंग करके गए तो भज भी नाल ही है नाल ही आए मेरे नाल ही हाँ जी ओके तुसीं की खरीदया हाँ जी कोट पेंट लाए कोट पेंट लिया जी किदां दा लगा बहुत वधिया लगा जी ओके डीलिंग किवें दी आ बहुत वधिया है जी प्राइस किवें दा आ सारिआं तों सस्ता जी ओके हुण किसी होर शॉप ते जाऊंगे कदे नहीं नहीं जी ਇੱਥੇ ਆਵਾਂਗੇ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਬੇਟਾ ਸ਼ਾਪਿੰਗ ਕਰਨ ਆਏ ਆ ਹਾਂਜੀ ਸ਼ਾਪਿੰਗ ਕਰਨ ਆਏ ਆ ਆਪਾਂ ਓਕੇ ਵਿਆਹ ਦੇ ਲਈ ਸਰਦੀਆਂ ਦੇ ਕੱਪੜੇ ਕੋ ਸਰਦੀਆਂ ਆ ਗਈਆਂ ਆ ਹਾਂਜੀ ਵਿਆਹ ਵਾਸਤੇ ਜੀ ਓਕੇ ਤੇ ਸਰਦੀਆਂ ਦਾ ਕੱਪੜਾ ਮੋਟੇ ਮੋਟੇ ਮੈਨੂੰ ਲੱਗਦਾ ਮੋਟਾ ਕੱਪੜਾ ਕੋਈ ਖਰੀਦੂਗੇ ਨਾ ਹਾਂਜੀ ਖਰੀਦਾਂਗੇ ਹੁਣ ਜਦੋਂ ਆਈਏ ਓਕੇ ਕਿੰਨਾ ਟਾਈਮ ਹੋ ਗਿਆ ਇੱਥੇ ਆਂਦਿਆਂ ਨੂੰ ਮੈਂ ਤੇ ਬੇਟਾ ਪਹਿਲੀ ਵਾਰ ਆਈ ਹਾਂ ਓਕੇ ਪਹਿਲੀ ਵਾਰ ਆਏ ਆ ਕਿੱਦਾਂ ਪਤਾ ਲੱਗਾ ਸ਼ਾਪ ਬਾਰੇ ਹਾਂਜੀ ਮੇਰੀ ਦੀਦੀ ਆਈ ਛੋਟੀ ਪਰੂ ਨਾ ਤੇ ਉਹਨਾਂ ਨੇ ਦੱਸਿਆ ਫਿਰ ਜਾ ਕੇ ਪੀ ਪਹਿਲੀ ਵਾਰ ਆਏ ਕਿ ਪਹਿਲਾਂ ਵੀ ਆ ਚੁੱਕੇ ਅਸੀਂ ਬੜੇ ਚਿਰਾਂ ਦੇ ਆਉਂਦੇ ਕਿੰਨੇ ਕੁ ਟਾਈਮ ਹੋ ਗਏ ਜੁੜਿਆ ਨੂੰ 5-7 ਸਾਲ ਹੋ ਗਏ ਸਾਨੂੰ ਉਹ 5-7 ਸਾਲ ਹੋ ਗਏ ਆ ਜੀ ਤੇ ਇੱਥੇ ਹੀ ਆਉਂਦੇ ਆ ਕਿੱਦਾਂ ਦਾ ਇੱਥੇ ਆਉਂਦੇ ਬਹੁਤ ਵਧੀਆ ਲੱਗਾ ਵਧੀਆ ਕਰਕੇ ਇੱਥੇ ਆਉਂਦੇ ਆ ਅਸੀਂ ਬਹੁਤ ਦੂਰੋਂ ਆਉਂਦੇ ਕਿੱਥੋਂ ਆਉਂਦੇ ਆ ਖਟੂਰ ਸਾਹਿਬ ਲੱਗੇ ਕਸੀਟਪੁਰ ਓਕੇ ਚਲੋ ਵਧੀਆ ਸ਼ਾਪਿੰਗ ਕਰੋ ਕਿਉਂਕਿ ਇੱਥੇ ਬਿਲਕੁਲ ਮੈਂ ਤਾਂ ਇਹੀ ਸੁਣਿਆ ਕਿ ਕੱਪੜਾ ਬੜਾ ਸਸਤਾ ਆ ਤੇ ਵਧੀਆ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸ਼ਾਪਿੰਗ ਕਰਨ ਆਏ ਹਾਂਜੀ ਸ਼ਾਪਿੰਗ ਕਰਨ ਆਏ ओके ਵਿਆਹ ਵਾਸਤੇ ਵਿਆਹ ਵਾਸਤੇ ਜੀ ਕਿਹਨਾਂ ਦਾ ਵਿਆਹ ਆ ਮੇਰੀ ਭਤੀਜੀ ਦਾ ਜੀ ਓਕੇ ਤੇ ਨਾਲ ਕੋਈ ਨਹੀਂ ਆਏ ਇਕੱਲੇ ਆਏ ਆ ਜੀ ਉੱਪਰ ਆਈ ਸ਼ਾਪਿੰਗ ਕਰਦੇ ਪਏ ਉੱਪਰ ਹੀ ਓਕੇ ਓਕੇ ਘਰ ਵਾਲੇ ਆਏ ਹੋਏ ਸ਼ਾਪਿੰਗ ਕਰਦੇ ਪਏ ਆ ਤੇ ਕਿ ਵਿਆਹ ਦੇ ਵਾਸਤੇ ਡਰੈਸਸ ਖਰੀਦ ਰਹੇ ਨੇ ਹਾਂਜੀ ਹਾਂਜੀ ਤੁਸੀਂ ਕੀ ਖਰੀਦ ਰਹੇ ਹੋ ਮੈਂ ਕੋਟ ਪੈਂਟ ਜੀ ਓਕੇ ਖਰੀਦ ਲਿਆ ਜੀ ਖਰੀਦਣਾ ਖਰੀਦ ਲਿਆ ਜੀ ਓਕੇ ਕਿਦਾਂ ਦਾ ਲੱਗਾ ਕੱਪੜਾ ਇੱਥੇ ਬਹੁਤ ਵਧੀਆ ਜੀ ਇਥੇ ਕਿੰਨੇ ਇਹੀ ਕਹਿੰਦੇ ਆ ਸਾਰਿਆਂ ਨੇ ਮੈਂ ਸੁਣਿਆ ਹੈ ਕਿ ਰੇਮੰਡ ਦਾ ਜਿਹੜਾ ਆ ਕਿਤੇ ਹੋਰ ਜੇ ਪਾਈਏ ਤਾਂ 6-7 ਹਜ਼ਾਰ ਦਾ ਮਤਲਬ 8-8 ਹਜ਼ਾਰ ਦਾ ਮਤਲਬ ਬੜਾ ਇੱਥੇ ਸਸਤਾ ਆ ਇਹ ਸੱਚ ਹੈ ਗੱਲ ਹਾਂਜੀ ਸਹੀ ਗੱਲ ਜੀ ਸਸਤਾ ਹੀ ਓਕੇ ਤੇ ਡੀਲਿੰਗ ਕਿਦਾਂ ਦੀ ਇਹਨਾਂ ਦੀ ਬਹੁਤ ਵਧੀਆ ਜੀ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਅਸੀਂ ਦੂਸਰੀ ਵਾਰ ਆ ਗਏ ਹਾਂ ਇੱਥੇ ਫਿਰੋਜ਼ਪੁਰ ਤੋਂ ਆਏ ਅੱਛਾ ਫਿਰੋਜ਼ਪੁਰ ਤੋਂ ਆਉਂਦੇ ਹੋ ਹਾਂਜੀ ਇਹ ਇੱਥੇ ਹੀ ਮਤਲਬ ਕਿਦਾਂ ਪਤਾ ਲੱਗਾ ਕਿ ਇੱਥੇ ਕੱਪੜਾ ਵਧੀਆ ਤੇ ਪ੍ਰਾਈਸ ਵੀ ਮਤਲਬ ਰੀਜ਼ਨੇਬਲ ਮਿਲਦਾ ਵਾ ਸਾਇੰਸ ਟੀਵੀ ਤੇ ਦੇਖਿਆ ਸੀ
सांझ टीवी पे बिल्कुल धूमा पाइया हुई है सारे पासे, काफ़ी खुश आ कस्टमर जड़े लोग काफ़ी खुश आ देख देख के कहते सानू वधिया शॉप जड़िया मिला दिती आ सांझ टीवी दे असी धन्नवादी हाँ। बड़े खुश आ लोग सांझ टीवी देख के कहें कि वह इस लिए कहते देखते हैं असी कि जोड़े सानू पता लगी जाए कितने कितने कपड़ा साढ़े लागे छागे वधिया मिलता है कितने कितने मिलता है सस्ता मिलता है सारा कुछ कहते सानू सांझ टीवी तो पता लगता है। तो ब्याह की शॉपिंग कर ली या फिर हजे हो रही है? कुछ कर ली कुछ कर रहा है जी। ते किदां दा मतलब खुश है इत्थे आके? हां जी बहुत वधिया है। सो असी हुण जिहड़ा आ अपस्टेयर आ गए आ, अपस्टेयर आके इत्थे असी तुहानूं दस दईए कि इधर जिहड़ा आ इत्थे इस टाइम जिहड़ी विआह दी शॉपिंग चल रही आ ते लोग जिहड़े आ उह खरीदारी कर रहे विआह दी ते ब्राइडल लहंगा वी आ उह देखिआ किन्ना सोहणा आ ते देख रहे आ। विआह पुछदे आ कि इह कौण खरीद रिहा आ किन्हां दा विआह आ? इत्थे जी दुल्हन बैठी हुई है ते इस टाइम जिहड़ा आ विआह दा जोड़ा जिहड़ा आ अपने उह खरीद रही आ। उहनां नूं पुछदे आ कि किन्नी ज़्यादा एक्साइटमेंट आ। सत श्री अकाल जी। सत श्री अकाल जी। अच्छा तुसीं इस टाइम लहंगा खरीद रहे हो? हाँ जी हाँ जी। किदां दा लग रहा है मतलब किन्नी एक्साइटमेंट है लहंगे देख? हाँ जी बहुत वधिया हैगा, इन्हां दा बहुत वधिया, सारिया फैसिलिटीज़ भी बहुत वधिया हैगियां। असीं अज इत्थे सैकेंड टाइम आए हैगे एंड इन्हां दा स्टाफ भी बहुत कोऑपरेटिव हैगा एंड जिहड़ी इन्हां दी वैरायटी आ बहुत वधिया हैगी आ एंड डिफरेंट हैगी आ। ते आए कित्थों? असीं फिरोजपुर तों आए। जे गल की जाए डिजाइन की, क्योंकि लड़की जी है ना वो यही हों कि लहंगा असी पाना है एक बार तो पैना हों कि बड़ा टॉप जिदा पा लीए तो इतने टॉप जिदा लहंगा फिर मिल रहा है? हाँ जी बहुत वधिया उही देख रहे हैं कि बहुत डिफरेंट हैगी लुक भी हैगी वधिया सारा है। ओके तो कलर ज़्यादा किहड़ा पसंद आ रहा? कलर इतने वैसे तो सारे बहुत वधिया बट आई थिंक मैजेंटा इज बिल्कुल मैनू भी काफ़ी सोहना लगा तुसीं देख सकते हैं तो बहुत ज़्यादा अट्रैक्टिव है क्योंकि एक कलर जिहड़ा आ ना थोड़ा डिफरेंट जिहा हो जाता है। तो प्राइस की गल करिए तो प्राइस कितना दा है? प्राइस भी बहुत वधिया नॉर्मल प्राइस हैगा कि काफ़ी एक्सपेंसिव है नहीं गा भी नॉर्मल रेंज हैगी है। क्योंकि जिदा हुण इत्थे मैं तो यही सुनिया आ कि जिहड़े रेंट ते आपां बाहर लहंगे लैंदे इत्थे तुसीं अपने जिहड़े उन्ने प्राइस दे विच तुसीं अपने खरीद सकदे आ, कि सच है गल? हाँ जी बिल्कुल सच हैगी, तां ही इत्थों देख रहे हैगे। ओके किदां पता लगा इत्थे दा मतलब कि बीटू दे जिहड़ा डिपू आ उत्थे बड़े सस्ते कपड़े मिलदे पए? एक्चुअली असीं फेसबुक ते देखिआ सीगा उत्थे चैनल ने पाया होया सीगा वीडियो देखी सीगी तां करके फिर उत्थों देख। ओके ते होर की खरीद रहे हो? सिर्फ लहंगा या होर भी शॉपिंग? नहीं काफ़ी सूट्स भी लै चुके हैगे एंड वो भी डिफरेंट हैगे एंड बहुत ब्यूटीफुल है। ओके अपने ब्याह की सारी शॉपिंग इतों होगी? हाँ जी बिल्कुल। ओके ते थोड़े नाल ये थोड़े मदर या? नहीं मेरे ग्रैंड माँ। ओके दादी जी उन्होंने भी गलबात करते हैं। मैम थोड़ी पोती जी इस टाइम ब्याह की शॉपिंग कर रही है किदा फिर तुम भी अपने लिए कुछ खरीद रहे हो इतों कि नहीं? शॉपिंग कर रही देखते हैं की शॉपिंग चल रही है इतने। सत श्री अकाल जी। की खरीद रहे हो? हाँ पैंट शर्ट देखते दे मैं। अच्छा जी किना ले? पाजी वास्ते खरीदन ले। ओके ते कपड़ा किदां दा लग गया? वधिया। पहली बार आई है पहला भी आ चुके हैं? पहला भी आ चुके हैं। ओके किन्नी बार आ चुके? किन्ने टाइम तो जुड़े हुए हो शॉप दे नाल? हाँ दो तीन बारी आ चुके हैं वधिया लगता। ओके मतलब जो तुसी बाहर सुन के आए हैं शॉप दे बारे वे उदां दा ही सारा कुछ इत्थे? हाँ जी हाँ। कपड़ा कहिंदे ब्रांडेड कपड़ा बड़ा सस्ता मिलता है सच है? सच है जी। ओके इकल्ले आए नाल भी कोई है? दीदी है बस नाल। ओके इन्हां नाल भी असीं गल बात कर लैंदे हां। सत श्री अकाल जी। सत श्री अकाल जी। की खरे खरीदारी चल रही है जी? सूट खरीदे जे हुण पैंटा शर्टा देख रहे हैं। ओके ब्याह दी शॉपिंग चल रही है उदां? हाँ जी ब्याह दी चल रही। ओके ब्याह किन्हां दा है? ਵਿਆਹ ਮੇਰੇ ਬੇਟੇ ਦਾ ਜੀ। ਉਹ ਤੁਹਾਡਾ ਵਿਆਹ? ਅੱਛਾ ਜੀ ਨਾਲੇ ਆਏ ਉਹ ਵੀ ਸ਼ਾਪਿੰਗ ਕਰਨ ਤੇ ਤੁਸੀਂ ਕੀ ਖਰੀਦ ਰਹੇ ਹੋ ਵਿਆਹ ਲਈ ਸਪੈਸ਼ਲ? ਮੈਂ ਪਾਪਾ ਲਈ ਪੈਂਟ ਸ਼ਰਟ ਵੇਖੰਦਾ ਜੀ। ਆਪਣੇ ਲਈ ਦੱਸੋ ਆਪਣੇ ਲਈ ਕੀ ਖਰੀਦ? ਆਪਣੇ ਲਈ ਤੇ ਜੇ ਖਰੀਦਣਾ ਮੈਂ ਪਹਿਲਾਂ ਘਰ ਦੇ ਤਿਆਰ ਕਰ ਦਈਏ ਜੀ। ਲੈ ਪਹਿਲਾਂ ਤਾਂ ਕਹਿੰਦੇ ਲਾੜਾ ਜਿਹੜਾ ਉਹ ਤਿਆਰ ਹੋਣਾ ਚਾਹੀਦਾ ਤੁਸੀਂ ਘਰ ਦੇ ਨੂੰ ਪਹਿਲਾਂ ਤਿਆਰ ਕਰ ਰਹੇ? ਘਰ ਦੇ ਹਲੇ ਤੇ ਕਮਾਈ ਕਰੀਦੀ ਜੀ।
ਬਿਲਕੁਲ ਜੀ ਬਿਲਕੁਲ ਤੇ ਆਪਣੇ ਲਈ ਕੀ ਸਪੈਸ਼ਲ ਪਾਣਾ ਹੈ ਫਿਰ ਵਿਆਹ ਤੇ ਆਪਣੇ ਲਈ ਕੋਟ ਪੈਂਟ ਆ ਸ਼ੇਰਵਾਨੀ ਹੈ ਅੱਛਾ ਜੀ ਤੇ ਇੱਥੇ ਕਹਿੰਦੇ ਆ ਕਿ ਰੇਮੰਡ ਦਾ ਜਿਹੜਾ ਕੱਪੜਾ ਹੈ ਜਾਂ ਕੋਈ ਬ੍ਰਾਂਡਡ ਕੱਪੜਾ ਹੈ ਬੜਾ ਸਸਤਾ ਮਿਲ ਰਿਹਾ ਹੈ ਅਸੀਂ ਸਪੈਸ਼ਲ ਆਏ ਜੀ ਤਰਨਤਾਰਨ ਸਾਹਿਬ ਤੋਂ ਤਰਨਤਾਰਨ ਸਾਹਿਬ ਤੋਂ ਆਏ ਹਾਂ ਜੀ ਤੇ ਵਿਆਹ ਦੀ ਸਾਰੀ ਸ਼ਾਪਿੰਗ ਇੱਥੇ ਹੋ ਰਹੀ ਹੈ ਅੱਜ ਫਸਟ ਡੇ ਹੈ ਇੱਥੇ ਓਕੇ ਪਹਿਲੇ ਦਿਨ ਆਏ ਆ ਤੇ ਕਿਦਾਂ ਦਾ ਲੱਗ ਰਿਹਾ ਹੈ ਤੁਸੀਂ ਕੱਪੜਾ ਬੜੇ ਚੈੱਕ ਕਰ ਰਹੇ ਆ ਵਧੀਆ ਠੀਕ ਹੈ ਜੀ ਗੁੱਡ जे बाजार नालों बाकी नालों गल की जाए तो बाकी जड़े आ उत्ते कहिंदे महंगा मिलता है वधिया कपड़ा हुण जे वधिया है तो महंगा आ जे घटिया तो सस्ता है इत्थे दे की बाकी बिल देण लगे पता लगू थले नहीं वैसे तो कहिंदे पसंद करी जांदे आ बाकी बिल देण लगे पता लगू की लाउंदे रेट ओके नहीं वैसे तो इत्थे तो असीं इही सुणिया कि सस्ता बड़ा कपड़ा लांदे आ साडा फर्स्ट डे आ जे देखो हुण अगे बिल दिंदे आ ते फिर ओके चल सुण के आए जे स्पैशल चलो ठीक है वैसे तो जिन्हें भी इतने सुन के आए सारे कहते बड़े खुश हैं इतने आ गए तो जो असं सोचे जो असं सुने सारा कुछ सू उदा मिलता है आई होप थानू भी इदा मिले वधिया वधिया जी गुड है दुकान वधिया शॉप भी गुड है डीलिंग किदां दी है डीलिंग भी वधिया गुड है जी ते होर फिर व्याह दी सारी शॉपिंग चंगा लगा इतने होगी हाँ जी चंगा लग रहा व्याह करवाना चंगा लगना ही है चंगा लगता व्याह तो बाद पुछांगे कि चंगा लगता है चलो वधिया जी तुहाडे नाल गल करके बड़ा प्यारा लगा क्योंकि बड़ी बड़ा चा है व्याह का भी हर एक हुंदा है चा सची तो इन्हां भी गल मतलब गलबात करते चाह पीते पे सर सत श्रीकाल जी सत श्रीकाल शॉपिंग केस मतलब की खरीदना है ਅਹੀਂ ਤਾਂ ਤਾਂ ਤੋਂ ਆਏ ਤੇ ਕੋਟ ਪੈਂਟ ਬਣਾਏ ਹੈ ਅੱਗੇ ਦੋ ਇਹਨਾਂ ਦੇ ਨਾਲ ਹੀ ਹੈ ਤੁਸੀਂ ਵੀ ਨਹੀਂ ਅਸੀਂ ਵੱਖਰੇ ਹੀ ਆਏ ਆ ਤੇ ਅਸੀਂ ਕਿ ਸ਼ਰਟਾਂ ਕੋਈ ਵੇਖ ਲਈ ਪਸੰਦ ਆਉਂਦੀਆਂ ਤੇ ਓਕੇ ਪਹਿਲੀ ਵਾਰ ਆਏ ਪਹਿਲਾਂ ਵੀ ਆ ਚੁੱਕੇ ਪਹਿਲੀ ਵਾਰ ਆਏ ਓਕੇ ਕੋਟ ਪੈਂਟ ਬਣਵਾ ਲਿਆ ਤੇ ਅੱਜ ਆਏ ਹਾਂ ਲੈਣ ਤੇ ਆਏ ਕਿ ਸ਼ਰਟਾਂ ਵੇਖ ਲਈ ਅੱਛਾ ਤੇ ਕੋਟ ਪੈਂਟ ਇੱਥੋਂ ਖਰੀਦਿਆ ਸੀਗਾ ਨਹੀਂ ਇੱਥੋਂ ਖਰੀਦਿਆ ਕਿਦਾਂ ਦਾ ਲੱਗਾ ਸੀ ਖਰੀਦ ਕੇ ਵਧੀਆ ਕੱਪੜਾ ਕੁਪੜਾ ਠੀਕ ਲੱਗਾ ਪ੍ਰਾਈਜ਼ ਕੋਈ 3000 ਦਾ ਲੱਗਾ ਨਹੀਂ ਬੜਾ ਬਾਕੀਆਂ ਨਾਲੋਂ ਤਾਂ ਬਾਜ਼ਾਰ ਨਾਲੋਂ ਤੇ ਗੱਲ ਕਰੀ ਬਾਕੀਆਂ ਨਾਲੋਂ ਸਸਤਾ ਉਹ ਓਕੇ ਤੇ ਕਿਦਾਂ ਪਤਾ ਲੱਗੂਗਾ ਜਦੋਂ ਪਾਵਾਂਗੇ ਤੇ ਫਿਰ ਤੇ ਬਾਕੀ ਜੇ ਤੁਸੀਂ ਬਾਹਰੋਂ ਜੇ ਸ਼ਾਪਿੰਗ ਕਰੀਏ ਬਾਜ਼ਾਰ ਨਾਲੋਂ ਤਾਂ ਦੱਸੋ ਇੱਥੇ ਬਾਹਰ ਨਾਲੋਂ ਤੇ ਬਹੁਤ ਰੇਟ ਦਾ ਫਰਕ ਆ ਹਾਂ ਘੱਟ ਲੱਗਾ ਇੱਥੇ ਆਂਟੀ ਜੀ ਬੈਠੇ ਹੋਏ ਆ ਕੱਪੜੇ ਖਰੀਦ ਰਹੇ ਆ ਬੜਾ ਵਧੀਆ ਸੂਟ ਕਢਵਾਇਆ ਹੈ ਇਹਨਾਂ ਨੇ ਤੇ ਆਂਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ਾਪਿੰਗ ਕਰਨ ਆਏ ਆ ਹਾਂ ਜੀ ਹਾਂ ਜੀ ਕਿਸ ਚੀਜ਼ ਵਾਸਤੇ ਵਿਆਹ ਆ ਜਾਂ ਉਦਾਂ ਹੀ ਵਿਆਹ ਹੈ ਵਿਆਹ ਓਕੇ ਕਿਹਨਾਂ ਦਾ ਵਿਆਹ ਆ ਹਾਂ ਇਹਨਾਂ ਦੀ ਪੋਤਰੀ ਦਾ ਬੀਜੀ ਦੇ ਓਕੇ ਪੋਤੀ ਦੇ ਵਿਆਹ ਦੀ ਜੀ ਸ਼ਾਪਿੰਗ ਚੱਲ ਰਹੀ ਹੈ ਦਾਦੀ ਵੱਲੋਂ ਕੀਤੀ ਜਾ ਰਹੀ ਹੈ ਸੂਟ ਬੜੇ ਸੋਹਣੇ ਸੋਹਣੇ ਕਢਵਾ ਰਹੇ ਆ ਪ੍ਰਾਈਸ ਕਿਦਾਂ ਦਾ ਲੱਗ ਰਿਹਾ ਆ ਹਾਂ ਠੀਕ ਆ ਤੇ ਅੱਛਾ ਜੇ ਗੱਲ ਆਪਾਂ ਕਰਦੇ ਆ ਕੱਪੜੇ ਦੀ ਕਿਉਂਕਿ ਕੱਪੜਾ ਤਾਂ ਜ਼ਿਆਦਾ ਆਪਾਂ ਕੱਪੜਾ ਹੀ ਦੇਖ ਕੇ ਖਰੀਦਦਾਰੀ ਕਰਦੀਆਂ ਆ ਕਿਦਾਂ ਦਾ ਕੱਪੜਾ ਹਾਂਜੀ ਕੱਪੜਾ ਕਿਦਾਂ ਦਾ ਲੱਗਾ ਹਾਂਜੀ ਠੀਕ ਆ ਹਾਂਜੀ ਕਿਉਂ ਇੱਥੇ ਪਹਿਲੀ ਵਾਰ ਆਏ ਆ ਨਹੀਂ ਨਹੀਂ ਅੱਗੇ ਵੀ ਆਈ ਅੱਛਾ ਕਿੰਨੀ ਕੁ ਵਾਰ ਆ ਚੁੱਕੇ ਪਹਿਲਾਂ ਵੀ ਹਮੇਸ਼ਾ ਹੀ ਇੱਥੇ ਆਈਦਾ ਜੀ ਸੋ ਇੱਥੇ ਜਿਹੜੇ ਆ ਮੱਧ ਪ੍ਰਦੇਸ਼ ਤੋਂ ਜਿਹੜੇ ਆਏ ਹੋਏ ਆ ਮੈਮ ਆਪਣੇ ਵਿਆਹ ਦੀ ਸ਼ਾਪਿੰਗ ਕਰਨ ਦੱਸੋ ਬਿੱਟੂ ਦਾ ਡੀਪੂ ਮੱਧ ਪ੍ਰਦੇਸ਼ ਤੱਕ ਪਹੁੰਚ ਗਿਆ ਆ ਤੇ ਤੁਸੀਂ ਕਿੱਥੇ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਇਹ ਦੱਸੋ ਕਿ ਤੁਸੀਂ ਕਹਿੰਦੇ ਵਿਆਹ ਦੀ ਆਪਣੇ ਦੀ ਸ਼ਾਪਿੰਗ ਕਰਨੇ ਵਿਆਹ ਕਦੋਂ ਆ 16 ਜਨਵਰੀ ਦਾ ਓਕੇ ਕਿੰਨੀ ਕੁ ਸ਼ਾਪਿੰਗ ਕਰ ਲਈ ਆ ਕਾਫੀ ਕਰ ਲਈ ਆ ਵਿਆਹ ਵਾਲਾ ਸੂਟ ਹੀ ਰਹਿ ਗਿਆ ਬਸ ਹੁਣ ਅੱਛਾ ਜੀ ਸੂਟ ਪਾਣਾ ਵਿਆਹ ਤੇ ਹਾਂਜੀ ਵੈਡਿੰਗ ਤੇ ਸੂਟ ਪਾਉਣਾ ਤੇ ਪਾਰਟੀ ਤੇ ਲਹਿੰਗਾ ਪਾਉਣਾ ਏ ਵਾਹ ਪਹਿਲਾਂ ਹੀ ਸੋਚਿਆ ਹੈ ਬਹੁਤ ਕੁਛ ਉਹਨਾਂ ਨੇ ਤੇ ਹੁਣ ਇਸ ਟਾਈਮ ਇੱਥੇ ਕੀ ਸ਼ਾਪਿੰਗ ਕਰਦੇ ਪਏ ਸਟਾਲ ਲੈਣ ਨੇ ਹਾਂਜੀ ਉਹ ਵੱਲ ਲੈ ਕੇ ਵੀ ਰੱਖ ਲਏ ਓਕੇ ਖਰੀਦਦਾਰੀ ਵੀ ਹੈ ਕਰ ਲਈ ਆ ਤੇ ਕਿੰਨੇ ਕੁ ਟਾਈਮ ਤੋਂ ਮਤਲਬ ਪਹਿਲੀ ਵਾਰ ਇੱਥੇ ਆਏ ਜਾਂ ਪਹਿਲਾਂ ਵੀ ਆ ਚੁੱਕੇ ਨਹੀਂ ਪਹਿਲੀ ਵੀ ਵਾਰ ਆ ਚੁੱਕੇ ਕਾਫੀ ਵਾਰ ਮਾਸੀ ਜੀ ਸਾਡੇ ਇੱਥੇ ਵਿਆਹ ਸਾਲ ਬਾਅਦ ਹੀ ਸ਼ਾਪਿੰਗ ਸਾਲ ਬਾਅਦ ਇੱਥੇ ਹੀ ਆਉਂਦੇ ਆ ਵਿਆਹ ਤੋਂ ਬਾਅਦ ਵੀ ਕਿੱਥੇ ਜਾਣਾ ਇੱਥੇ ਹੀ ਆਵਾਂਗੇ ਅੱਛਾ ਜੀ ਹਾਂ ਕਿਉਂਕਿ ਫਿਰ ਬਿੱਟ ਇੱਥੇ ਜਿਹੜਾ ਹੈ ਬਿੱਟੂ ਦੇ ਡਿਪੂ ਦੇ ਸਸਤਾ ਸਾਰਾ ਕੁਝ ਮਿਲਦਾ ਫਿਰ ਕਿਤੇ ਹੋਰ ਕਿਉਂ ਜਾਈਏ ਤੇ ਵਿਆਹ ਜਿਹੜਾ ਆ ਕਿੰਨਾ ਕੁ ਚਾਹ ਆ ਵਿਆਹ ਦਾ ਚਾਹ ਤੇ ਸਭ ਨੂੰ ਹੁੰਦਾ ਹਾਂ ਹਾਂ ਚਾਹ ਤਾਂ ਸਭ ਨੂੰ ਹੁੰਦਾ ਪਹਿਲਾਂ ਅਸੀਂ ਇੱਥੇ ਇੱਕ ਲੜਕਾ ਵੀ ਸੀ ਉਹਨਾਂ ਦਾ ਵੀ ਵਿਆਹ ਆ ਉਹ ਵੀ ਬੜਾ ਖੁਸ਼ ਆ ਤੇ ਤੁਸੀਂ ਵੀ ਬੜੇ ਖੁਸ਼ ਦਿਖਾਈ ਦੇ ਰਹੇ ਆ ਤੇ ਕੱਪੜਾ ਕਿਦਾਂ ਦਾ ਲੱਗਾ ਬਹੁਤ ਸੋਹਣਾ ਕੱਪੜਾ ਤੇ ਪ੍ਰਾਈਜ਼ ਵੀ ਬਹੁਤ ਠੀਕ ਆ ਤੇ ਜੋ ਸੁਣ ਕੇ ਆਏ ਆ ਇੱਥੇ ਕਿਉਂਕਿ ਐਡ ਵੀ ਚੱਲ ਰਹੀਆਂ ਬਿੱਟੂ ਦੇ ਡਿਪੂ ਦੀਆਂ ਵੀ ਇੱਥੇ ਬੜਾ ਸਸਤਾ ਆ ਤੇ ਕੱਪੜਾ ਜਿਹੜਾ ਉਹ ਵਧੀਆ ਮਿਲਦਾ ਆ ਕਿ ਸੱਚ ਹਾਂਜੀ ਵਧੀਆ ਬਹੁਤ ਵਧੀਆ ਨਾਨੀ ਇੱਥੋਂ ਹੀ ਆਉਂਦੀ ਆ ਮੇਰੀ ਮਾਸੀ ਹੋਣਾਂ ਦੇ ਇੱਥੇ ਬਣੇ ਆ ਅੱਛਾ ਸਾਰੇ ਵਿਆਹ ਦੇ ਇੱਥੇ ਬਣੇ ਆ
के मतलब सारे इत्थे ही आंदे पए आ, इन्ने ज्यादा मतलब खुश आ बिट्टू दे डिपू ते आके। हांजी हांजी, अगे हुण अपने सहुरिआं नूं वी इत्थे लैके आउणा ना। हांजी आउण ही डए शायद। जी लो जी, कहिंदे मैं तां अपने सहुरे वी इत्थे लैके आउणे आ, अगे कहिंदे सहुरिआं दे आंढ गुआंढ नूं वी इत्थे लैके आउणा मैं, इन्ना इहनां नूं चाया विआह दा, ते कहिंदे असीं मैं अपने परौणे दा खर्चा नहीं करवाउणा हैगा, सस्ती दुकान ते लैके आया करना आ। ते चलो आई विश कि तुहाडा, असीं इही विश करदे आ कि तुहाडा जिहड़ा मैरिड लाइफ बड़ी वधिया रहे। ते बाकी असीं होर नाल कौन कौन आया वैसे? मासी जी आ, मासी जी है वड्डे इत्थे रहिंदे आ, मम्मी जी आ, डैडी जी आ। ओके, मम्मी डैडी भी आए आ, मम्मी डैडी नाल भी गल कर लईए। लड़की दे सत श्री अकाल आंटी जी, सत श्री अकाल जी। हां, कुड़ी दा विआह आ? हां जी विआह। ते ओके, किन्ना कु चा आया कुड़ी दा विआह दा? चा ते फिर हुंदा ही आ। ते शॉपिंग किन्नी कि चा चा करी जांदे आ? बहुत ज्यादा चा वधिया कीती आ। बिट्टू डिपू जेब दी फिकर कर रहे कि नहीं? करदे आ, सस्ता कपड़ा दे रहे हां जी। ਤੇ ਪਹਿਲਾਂ ਵੀ ਕਹਿੰਦੇ ਤੁਸੀਂ ਮੱਧ ਪ੍ਰਦੇਸ਼ ਤੋਂ ਕਹਿੰਦੇ ਆਏ ਆ, ਤੁਸੀਂ ਇੱਥੇ ਹੀ ਸ਼ੋਪਿੰਗ ਕਰਦੇ ਆ, ਕੀ ਖਾਸ ਹੈ ਇੱਥੇ? ਹਾਂਜੀ, ਬਹੁਤ ਵਧੀਆ ਕੱਪੜਾ ਮਿਲਿਆ, ਬਹੁਤ ਵਧੀਆ ਸਸਤਾ ਮਿਲਿਆ, ਠੀਕ ਠਾਕ ਮਿਲਿਆ ਜੀ। ਮਤਲਬ ਪੂਰੀ ਤਰ੍ਹਾਂ ਖੁਸ਼ ਆ? ਹਾਂਜੀ। ਕੀ ਸ਼ੋਪਿੰਗ ਚੱਲ ਰਹੀ ਆ? ਸੂਟ ਤੇ ਵਿਆਹ ਆ? ਨਹੀਂ, ਵੈਸੇ ਘਰ ਵਾਸਤੇ ਹੀ ਗਰਮ ਵਗੈਰਾ ਸੂਟ। ਓਕੇ, ਗਰਮ ਕੱਪੜੇ ਲੈਣਾ ਆਏ ਆ, ਤੇ ਕਿੱਦਾਂ ਦੇ ਲੱਗੇ ਗਰਮ ਕੱਪੜੇ? ਬਹੁਤ ਸੋਹਣੇ ਲੱਗੇ। ਵੈਰਾਈਟੀ ਕਿੱਦਾਂ ਦੀ ਆ? ਬਹੁਤ ਵਧੀਆ, ਤੇ ਬਹੁਤ ਡਿਫਰੈਂਟ ਪੀਸ ਮਿਲਦੇ ਇੱਥੋਂ। ਓਕੇ, ਕਿੰਨੇ ਟਾਈਮ ਤੋਂ ਆ ਰਹੇ ਇੱਥੇ? ਕਾਫੀ ਟਾਈਮ, 6-7 ਸਾਲ ਤੋਂ ਜ਼ਿਆਦਾ ਹੋ ਗਏ। ਕਾਫੀ ਟਾਈਮ, ਹਾਂਜੀ, ਮੇਰੀ ਮੈਰਿਜ ਤੋਂ ਪਹਿਲਾਂ ਦੇ ਆ ਰਹੇ। ਓਕੇ, ਤੁਸੀਂ ਆਪਣੀ ਮੈਰਿਜ ਤੋਂ ਪਹਿਲਾਂ ਦੇ ਇੱਥੇ ਆਏ? ਹਾਂਜੀ, ਅੰਮ੍ਰਿਤਸਰ ਤੱਕ ਦੇਖ ਕੇ ਆਏ, ਫਿਰ ਇੱਥੋਂ ਆਣ ਕੇ ਪਸੰਦ ਕਰਨੇ ਸ਼ੁਰੂ ਕੀਤੇ, ਬਹੁਤ ਵਧੀਆ ਮਿਲ ਰਹੇ ਕੱਪੜੇ ਇੱਥੋਂ। ਅੰਮ੍ਰਿਤਸਰ ਘੁੰਮ ਕੇ ਆ ਗਏ, ਬਟ ਕਹਿੰਦੇ ਬਿੱਟੂ ਦੇ ਡਿਪੂ ਤੇ ਹੀ ਜਿਹੜਾ ਆ ਸਾਨੂੰ ਜੋ ਕੱਪੜਾ ਚਾਹੀਦਾ ਸੀ, ਜਿੱਦਾਂ ਦਾ ਪ੍ਰਾਈਸ ਚਾਹੀਦਾ ਸੀ, ਸਾਰਾ ਕੁਝ ਸਾਨੂੰ ਇੱਥੇ ਮਿਲਿਆ, ਹੋਰ ਕਿਤੇ ਨਹੀਂ ਮਿਲਿਆ ਹੈਗਾ, ਬਹੁਤ ਵੱਡੀ ਗੱਲ ਆ। ਤੇ ਆਏ ਕਿੱਥੋਂ ਤੁਸੀਂ? ਹਾਂਜੀ, ਤਰਨ ਤਾਰਨ ਲੱਗੇ। ਇੱਥੇ ਜੀ ਕੋਟ ਪੈਂਟ ਦੀ ਸ਼ੋਪਿੰਗ ਹੋ ਰਹੀ ਹੈ, ਕੋਟ ਪੈਂਟ ਤੇ ਕੱਪੜਾ ਦੇਖਿਆ ਜਾਂਦਾ, ਸਰ ਦੇ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਰਸੇਮ ਸਿੰਘ ਜੀ, ਚਮੰਡਾ ਦੇਵੀ ਤੋਂ। ਓਕੇ, ਚਮੰਡਾ ਦੇਵੀ ਤੋਂ ਆਏ ਆ, ਕੀ ਖਾਸ ਖਰੀਦਣ ਆਏ ਆ? ਸਾਨੂੰ ਕਿਸੇ ਨੇ, ਮੇਰਾ ਦੋਸਤ ਹੀ ਡਾਕਟਰ ਸਾਹਿਬ, ਉਹਨੇ ਦੱਸਿਆ ਵੀ ਉੱਥੇ ਪੈਂਟਾਂ ਕੋਟਾਂ ਦਾ ਕੱਪੜਾ ਬਹੁਤ ਸਟੈਂਡਰਡ ਆ, ਤੇ ਉੱਥੇ ਇੱਕ ਹੀ ਰੇਟ ਆ, ਤੇ ਸਭ ਨੂੰ ਸਸਤਾ ਤੇ ਵਧੀਆ। ਤੇ ਉਹ ਦੁਕਾਨ ਨਹੀਂ, ਤੁਹਾਨੂੰ ਤਾਂ ਦੱਸਦੇ ਪਏ ਆ, ਅਸੀਂ ਤਾਂ ਕਈ ਦੁਕਾਨਾਂ ਤੋਂ ਪੁੱਛ ਪੁੱਛ ਕੇ ਫਿਰ ਆਏ ਹਾਂ, ਪਰ ਫਸਟ ਵਾਰ ਆਏ ਹਾਂ। ਮੈਨੂੰ ਤਾਂ ਬਹੁਤ ਵਧੀਆ ਵੇਖ ਕੇ ਲੱਗਾ ਵਾ, ਵਿੱਚ ਸੜਾਈ ਵਿੱਚ ਸਾਰਾ ਕੁਝ ਫਿਕਸ ਰੇਟ ਆ, ਤੇ ਕੱਪੜਾ ਵੀ ਬਹੁਤ ਸਟੈਂਡਰਡ ਆ, ਕੋਈ ਕਮੀ ਪੇਸ਼ੀ ਨਹੀਂ ਇਹਦੇ ਵਿੱਚ ਹੈਗੀ। ਡੀਲਿੰਗ ਕਿੱਦਾਂ ਦੀ ਆ? ਡੀਲਿੰਗ ਬਹੁਤ ਵਧੀਆ ਜੀ, ਪਹਿਲਾਂ ਪਾਣੀ ਧਾਣੀ ਪੁੱਛਦੇ, ਫਿਰ ਚਾਹ ਪਾਣੀ, ਤੇ ਫਿਰ ਬਾਅਦ ਚ ਕੱਪੜੇ ਦੀ ਗੱਲ ਬਾਅਦ ਚ ਰਹੀ ਜੀ। ਬਾਕੀ ਹੋਰ ਸਾਡੇ ਬੇਟੇ ਆ, ਉਹਨਾਂ ਨੂੰ ਲੈ ਕੇ ਆਵਾਂਗੇ, ਅੱਜ ਫਸਟ ਵਾਰ ਆਏ ਆ। ਫੈਮਿਲੀ ਵੀ ਕਦੋਂ ਆ ਰਹੀ ਹੈ ਇੱਥੇ ਲੇਡੀਜ਼? ਹੁਣ ਦੇਖਾਂਗੇ, ਵੇਖ ਲੈਨੇ ਆ ਵਿਚਾਰ ਵਟਾਂਦਰਾ ਕਰਕੇ, ਹੁਣ ਪਤਾ ਲੱਗਾ ਵਧੀਆ ਵਾ। ਓਕੇ ਆ ਜੀ, ਬਹੁਤ ਵਧੀਆ, ਬਹੁਤ ਸੋਹਣਾ। ਤੁਸੀਂ ਖੁਸ਼ ਆ ਨਾ? ਹਾਂਜੀ ਖੁਸ਼ ਆ ਜੀ, ਖੁਸ਼ ਆ। ਵਿਆਹ ਦੀ ਸ਼ੋਪਿੰਗ ਚੱਲ ਰਹੀ ਹੈ, ਕੀ ਕੀ ਖਰੀਦ ਰਹੇ ਆ? ਤੋ ਮੈਮ, ਲਹਿੰਗੇ ਵਗੈਰਾ ਜਾਂ ਸੂਟ ਸੋਹਣੇ ਡਿਜ਼ਾਈਨਰ ਵਧੀਆ ਮਿਲਦੇ ਆ, ਅਸੀਂ ਕਾਫੀ ਦੇਰ ਤੋਂ ਇੱਥੇ ਆਉਂਦੇ ਆ। ਕਿੰਨੇ ਟਾਈਮ ਤੋਂ ਤੁਸੀਂ ਆ ਰਹੇ ਇੱਥੇ? ਹੋ ਹੀ ਗਏ 15 ਸਾਲ। ਓਕੇ, ਤੇ ਵਿਆਹ ਤੋਂ ਪਹਿਲਾਂ ਵੀ ਇੱਥੇ ਜੁੜੇ ਹੋਏ ਸੀਗੇ? ਹਾਂਜੀ ਹਾਂਜੀ, ਪਹਿਲਾਂ ਵਿਆਹ ਤੋਂ ਪਹਿਲਾਂ ਵੀ ਇੱਥੇ ਆ, ਤੇ ਹੁਣ ਵਿਆਹ ਤੋਂ ਬਾਅਦ ਵੀ ਇੱਥੇ ਆ? ਇੱਥੇ ਹੀ। ਹਾਂਜੀ, ਸਾਨੂੰ ਇੱਥੋਂ ਵਧੀਆ ਕੱਪੜਾ ਮਿਲਦਾ ਹੈ, ਮਤਲਬ ਗਰੰਟੀ ਵਾਲਾ ਕੱਪੜਾ ਹੈ, ਕਲਰ ਵੀ ਨਹੀਂ ਜਾਂਦਾ, ਬਾਕੀ ਕੱਪੜਾ ਵੀ ਬੈਸਟ ਹੈਗਾ। ਓਕੇ, ਤੇ ਪ੍ਰਾਈਸ ਦੀ ਗੱਲ ਕਰੀ ਤਾਂ ਪ੍ਰਾਈਸ ਠੀਕ ਹੈ, ਮਤਲਬ ਕਾਫੀ ਦੁਕਾਨਾਂ ਨਾਲੋਂ ਸਾਨੂੰ ਠੀਕ ਲੱਗਦਾ। ਓਕੇ, ਤੇ ਅੱਜ ਫਿਰ ਕੀ ਖਾਸ ਸੂਟ ਇਹ ਕੱਲੇ ਲੈਣਾ ਆ? ਪੰਜਾਬੀ? ਹਾਂਜੀ, ਪੰਜਾਬੀ ਸੂਟ ਲੈਣਾ ਹੈ। ਹੋਰ ਕੁਝ? ਕਿਉਂਕਿ ਇੱਥੇ ਤਾਂ ਲਹਿੰਗੇ ਵਗੈਰਾ ਵੀ ਮਿਲਦੇ ਆ, ਆਪਣੀ ਬੱਚੀ ਵਾਸਤੇ ਵੀ ਅਸੀਂ ਲੈਣਾ ਆਏ ਆ, ਲਹਿੰਗਾ ਵਗੈਰਾ ਚੁਆਇਸ ਕਰਾਂਗੇ ਕਿ ਵਧੀਆ ਤੋਂ ਵਧੀਆ ਮਿਲ ਜਾਵੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਲੈਣ ਆਏ ਅੱਜ? ਅੱਜ ਗਰਮ ਸੂਟ। ਓਕੇ, ਕਿਹਨਾਂ ਦੇ ਲਈ? ਮੈਡਮ ਵਾਸਤੇ। ਕੱਪੜਾ ਬਹੁਤ ਵਧੀਆ ਵਾ, ਸਾਡੇ ਇਹ ਪੱਕੇ ਕਸਟਮਰ ਇਹਨਾਂ ਦੇ। ਓਕੇ, ਕਿੰਨੇ ਸਾਲਾਂ ਤੋਂ? ਸਾਨੂੰ ਤੇ 8-9 ਸਾਲ ਹੋ ਗਏ। ਓਕੇ, ਹਮੇਸ਼ਾ ਇੱਥੇ ਹੀ ਆਉਂਦੇ ਆ? ਹਮੇਸ਼ਾ ਹੀ ਆਉਂਦੇ ਸੀ। ਰੇਟ ਵਗੈਰਾ ਕਿੱਦਾਂ ਆ? ਰੇਟ ਬਹੁਤ ਸਹੀ ਆ, ਬਹੁਤ ਠੀਕ ਰੇਟ ਵਾ, ਸਾਨੂੰ ਤੇ ਪਸੰਦ ਹੀ ਇੱਥੇ ਤਾਂ ਕਰਦੇ, ਸਾਡਾ ਬੇਟਾ ਬਾਹਰ ਵਾ ਉਹਦੀ। ਸਭ ਤੋਂ ਵਧੀਆ ਗੱਲ ਡੀਲਿੰਗ ਚੰਗੀ ਆ, ਇਹਨੇ ਡੀਲ ਬਹੁਤ ਚੰਗੀ ਬੱਚਿਆਂ ਦੀ ਨਾ।
ਚਲਾ ਤੇ ਨਵੇਂ ਆਏ ਪੁਰਾਣੇ ਚਾਚਾ ਤਾਇਆ ਕਰਦੇ ਰਹਿੰਦੇ ਮੇਰੇ ਚਾਚਾ ਆ ਗਿਆ ਤਾਇਆ ਆ ਗਿਆ ਅਸੀਂ ਹੁਣ ਇੱਥੋਂ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਇਸ ਸਾਲ ਜਿਹੜਾ ਰਿਸਪਾਂਸ ਕਿਵੇਂ ਦਾ ਮਿਲਿਆ ਪਹਿਲੇ ਦੇ ਸਾਲਾਂ ਨਾਲੋਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਸਟਮਰਸ ਦੀ ਗੱਲ ਕਰਦੇ ਹਾਂ ਕਿ ਕਸਟਮਰਸ ਬੜੇ ਖੁਸ਼ ਹੈ ਇੱਥੇ ਆ ਗਏ ਕਹਿੰਦੇ ਅਸੀਂ ਮੱਧ ਪ੍ਰਦੇਸ਼ ਤੋਂ ਆਏ ਹਾਂ ਸਾਰਾ ਕੁਝ ਛੱਡ ਕੇ ਅਸੀਂ ਅੰਮ੍ਰਿਤਸਰ ਘੁੰਮ ਕੇ ਦੇਖ ਲਿਆ ਸਾਨੂੰ ਕੁਝ ਕੱਪੜਾ ਨਹੀਂ ਵਧੀਆ ਮਿਲਦਾ ਦਾਮ ਨਹੀਂ ਵਧੀਆ ਮਿਲਦਾ ਰੇਟ ਨਹੀਂ ਵਧੀਆ ਮਿਲਦੇ ਇੱਥੇ ਸਭ ਕੁਝ ਮਿਲਦਾ ਪਿਆ ਅਤੇ ਰਿਸਪੋਂਸ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ ਕਸਟਮਰਸ ਦਾ ਇਸ ਸਾਲ ਦੇਖੋ ਜੀ ਬੰਦੇ ਦਾ ਇੱਕ ਮਕਸਦ ਹੈਗਾ ਵੀ ਆਪਾਂ ਕਮਾਈ ਨਹੀਂ ਕਰਨੀ ਆਪਣੀ ਵੈਲਿਊ ਬਣਾਉਣੀ ਹੈ ਅਸੀਂ ਆਪਣੀ ਵੈਲਿਊ ਬਣਾਈ ਆਪਣੀ ਮਾਰਕੀਟ ਦੇ ਵਿੱਚ ਮੇਰਾ ਪੈਸਾ ਜੋੜਨਾ ਨਹੀਂ ਕੋਈ ਇੱਕ ਬੰਦੇ ਦਾ ਮਕਸਦ ਹੁੰਦਾ ਆਪਣੀ ਵੈਲਿਊ ਵੀ ਚਾਹੀਦੀ ਜ਼ਰੂਰੀ ਜਿਹੜਾ ਮਾਲਕ ਨੇ ਆਪਾਂ ਨੂੰ ਦਿੱਤਾ ਵਾ ਜਾਮਾ ਇਹਦੇ ਵਿੱਚ ਬੰਦੇ ਨੂੰ ਆਪਣੀ ਵੈਲਿਊ ਬਣਾਉਣੀ ਚਾਹੀਦੀ ਮੇਰਾ ਪੈਸਾ ਆਪਾਂ ਜੁੜ ਕੇ ਨੁੱਕਰਾਂ ਹੀ ਲੱਗ ਜਾਣਾ ਵਾ ਅਤੇ ਇੱਥੇ ਛੱਡ ਜਾਣਾ ਆਪਾਂ ਸਭ ਕੁਛ ਸਰ ਜੇ ਗੱਲ ਕੀਤੀ ਜਾਵੇ ਕਸਟਮਰਸ ਇੱਥੇ ਹਜ਼ਾਰਾਂ ਦੇ ਗਿਣਤੀ 'ਚ ਆਉਂਦੇ ਆ ਅਤੇ ਉਹਨਾਂ ਡਿਮਾਂਡਾਂ ਵੀ ਅਲੱਗ ਅਲੱਗ ਹੁੰਦੀਆਂ ਕਿੱਦਾਂ ਪੂਰੀਆਂ ਕਰਦੇ ਆ ਵੇਖੋ ਜੀ ਉਹ ਤਾਂ ਹਰ ਡਿਮਾਂਡ ਜਿਸ ਤਰ੍ਹਾਂ ਅਗਲੇ ਮੰਗਦੇ ਕਰਨੀ ਪੈਂਦੀ ਹੈ ਜੀ ਜੇ ਆਪਾਂ ਸ਼ੁਰੂਆਤ ਕੀਤੀ ਆ ਨਾ ਇਹਨੂੰ ਉਹਦੀ ਜਗ੍ਹਾ 'ਤੇ ਪਹੁੰਚਣਾ ਵੀ ਪੈਣਾ ਵਾ ਸਾਨੂੰ ਪਰ ਜਿਹੜਾ ਗਾਹਕ ਆਉਂਦਾ ਸਾਡੇ ਕੋਲ ਬਹੁਤ ਖੁਸ਼ ਹੋ ਕੇ ਜਾਂਦਾ ਜੀ ਅਸੀਂ ਸਿਰਫ ਆਪਣੇ ਪੈਸੇ ਵੱਲ ਨਹੀਂ ਧਿਆਨ ਰੱਖਦੇ ਅਸੀਂ ਗਾਹਕ ਦਾ ਜਿਹੜੀ ਚੋਰੀ ਉਹ ਗਾਹਕ ਨੂੰ ਪੂਰਾ ਕਰਕੇ ਦਿੰਦੇ ਪਏ ਹਾਂ ਓਕੇ ਅਤੇ ਇਸ ਸਾਲ ਜ਼ਿਆਦਾ ਵਧੀਆ ਰਿਸਪੋਂਸ ਮਿਲ ਰਿਹਾ ਹੈ ਹਾਂਜੀ ਬਹੁਤ ਵਧੀਆ ਜੀ ਜੇ ਆਪਾਂ ਘੱਟ ਰੇਟਾਂ ਦੀਆਂ ਚੀਜ਼ਾਂ ਵੇਚਾਂਗੇ ਤਾਂ ਤਦ ਹੀ ਰਿਸਪੋਂਸ ਮਿਲੇਗਾ ਹਰ ਗਾਹਕ ਨੂੰ ਪਤਾ ਵਾ ਵੀ ਇਹ ਕੀ ਚੀਜ਼ ਹੈਗੀ ਹੈ ਕਿਸ ਤਰ੍ਹਾਂ ਦੇ ਹੈਗੇ ਹਰ ਗਾਹਕ ਨੂੰ ਕੱਪੜੇ ਦਾ ਵੀ ਪਤਾ ਵਾ ਕਿਸ ਤਰ੍ਹਾਂ ਦਾ ਕੱਪੜਾ ਹੈਗਾ ਕਿਸ ਤਰ੍ਹਾਂ ਦੇ ਮਿਲਾਂ ਹੈਗੀਆਂ ਵਾ ਕਿਸ ਤਰ੍ਹਾਂ ਮਿਲਾਂ ਇਹਨਾਂ ਨੂੰ ਭੇਜਦੀਆਂ ਵਾ ਆ ਕਮਾਈ ਆਪਾਂ ਡਬਲ ਕਰਦੇ ਹਾਂ ਲੋਕ ਕਰਦੇ ਪਹਿਲਾਂ ਕਰਦੇ ਰਹਿੰਦੇ ਸੀ ਹੁਣ ਜਦੋਂ ਦੇ ਅਸੀਂ ਘੱਟ ਰੇਟਾਂ ਦੇ ਵੇਚਣ ਲੱਗੇ ਹਰ ਦੁਕਾਨਦਾਰ ਸ਼ੁਰੂ ਕਰਤਾ ਉਹਨਾਂ ਨੇ ਇੱਥੇ ਬ੍ਰਾਂਡਡ ਕੱਪੜੇ ਬੜੇ ਸਸਤੇ ਮਿਲਦੇ ਆ ਉਹਦੇ ਵਿੱਚ ਤੁਹਾਨੂੰ ਫਿਰ ਫਾਇਦਾ ਕੀ ਹੋਊਗਾ ਵੇਖੋ ਜੀ ਸਾਡਾ ਮਕਸਦ ਇਹੋ ਹੀ ਹੈ ਜੀ ਮਿੱਲਾਂ ਤੋਂ ਸਿੱਧਾ ਮਾਲ ਚੁੱਕਣਾ ਔਰ ਘੱਟ ਰੇਟਾਂ 'ਤੇ ਚੁੱਕਣਾ ਔਰ ਕੈਸ਼ ਪੇਮੈਂਟ 'ਤੇ ਅਸੀਂ ਲੈਂਦੇ ਹਾਂ ਮਾਲ ਸਾਰਾ ਹੀ ਮਿੱਲਾਂ ਤੋਂ ਔਰ ਮਿੱਲਾਂ ਦਾ ਰਿਸਪੋਂਸ ਵੀ ਸਾਨੂੰ ਵਧੀਆ ਮਿਲਦਾ ਪਿਆ ਵਾ ਕੱਪੜਾ ਵਧੀਆ ਭੇਜਦੀਆਂ ਵੀ ਮਿੱਲਾਂ ਸਾਨੂੰ ਹਾਂਜੀ ਅਤੇ ਬਾਕੀ ਦੁਕਾਨਾਂ ਵਾਲੇ ਇੰਨਾ ਮਹਿੰਗਾ ਕਿਉਂ ਦੇ ਇੱਥੇ ਕਿਉਂ ਸਸਤਾ ਮਿਲ ਰਿਹਾ ਆ ਇਸ ਤਰ੍ਹਾਂ ਜੀ ਵੇਖੋ ਮਿੱਲਾਂ ਦਾ ਰੇਟ ਸਹੀ ਹੈ ਬਿਲਕੁਲ ਸਾਰਿਆਂ ਨਾਲ ਮਿੱਲ ਦਾ ਰੇਟ ਸਹੀ ਹੈ ਪਰ ਲੋਕੀ ਜਿਹੜੇ ਨੇ ਕਮਾਈ ਕਰਨ ਤੋਂ ਪਿੱਛੇ ਨਹੀਂ ਹਟਦੇ ਹਾਂਜੀ ਲੋਕੀ ਆਪਣੀ ਆਦਤ ਨਹੀਂ ਛੱਡਦੇ ਪੇ ਕਮਾਈਆਂ ਕਰਨ ਤੋਂ ਪਿੱਛੇ ਨਹੀਂ ਹਟਦੇ ਹੈਗੇ ਕਮਾਈ ਜਾਇਜ਼ ਹੀ ਚੰਗੀ ਅਤੇ ਕੰਮ ਵੀ ਉਹੀ ਆਉਂਦੀ ਹੈ ਜਿਹੜੀ ਨਜਾਇਜ਼ ਕਮਾਈ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਹਿਸਾਬ ਕਿਤਾਬ ਹੋ ਜਾਂਦਾ ਨਜਾਇਜ਼ ਕਮਾਈ ਕਦੀ ਕਿਸੇ ਦੇ ਕੰਮ ਨਹੀਂ ਆਉਂਦੀ ਮਤਲਬ ਤੁਸੀਂ ਮਾਰਜਨ ਘੱਟ ਰੱਖਦੇ ਹਾਂ ਮਾਰਜਨ ਘੱਟ ਅਤੇ ਜਾਇਜ਼ ਕਮਾਈ ਅਸੀਂ ਵੀ ਕਰਦੇ ਹਾਂ ਪਰ ਜਾਇਜ਼ ਰੱਖੀ ਜਾਇਜ਼ ਬਿਨਾਂ ਕਮਾਈ ਤੋਂ ਵੈਸੇ ਵੀ ਕਮਾਈ ਤੋਂ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਇਹੀ ਜੇ ਮੈਂ ਝੂਠ ਬੋਲਦਾ ਵਾ ਅਸੀਂ ਕੋਈ ਕਮਾਈ ਨਹੀਂ ਕਰਦੇ ਸੇਵਾ 'ਤੇ ਤਾਂ ਕੋਈ ਬੰਦਾ ਨਹੀਂ ਬੈਠਾ ਆ ਕਮਾਈ ਕਰੋ ਪਰ ਜਾਇਜ਼ ਕਰੋ ਜਾਇਜ਼ ਕਿਉਂਕਿ ਜੇ ਅਸੀਂ ਇੰਨੀ ਮਿਹਨਤ ਕਰਦੇ ਹਾਂ ਦਿਨ ਰਾਤ ਖੱਪਦੇ ਹਾਂ ਜਿਹੜਾ ਅਗਲਾ ਸਾਡੀ ਦੁਕਾਨ 'ਤੇ ਆਇਆ ਉਹ ਵੀ ਦਿਨ ਰਾਤ ਖੱਪ ਕੇ ਕਮਾਈ ਕਰਕੇ ਲੈ ਕੇ ਆਉਂਦਾ ਜੇ ਅਸੀਂ ਕਸਟਮਰ ਦਾ ਧਿਆਨ ਰੱਖਾਂਗੇ ਤਾਂ ਰੱਬ ਸਾਡਾ ਧਿਆਨ ਰੱਖੇਗਾ ਕਸਟਮਰ ਕਦੇ ਇੱਦਾਂ ਹੋਇਆ ਕਿ ਕੋਈ ਸ਼ਿਕਾਇਤ ਵੀ ਆਈ ਹੋਈ ਕਸਟਮਰ ਵੱਲੋਂ ਸ਼ਿਕਾਇਤ ਤਾਂ ਰੱਬ ਨੂੰ ਵੀ ਆ ਜਾਂਦੀ ਹੈ ਕਿਉਂਕਿ ਠੀਕ ਆ ਲੋਕ ਤਾਂ ਰੱਬ ਨੂੰ ਵੀ ਕਹਿ ਦਿੰਦੇ ਨੇ ਕਿ ਇਹ ਰੱਬਾ ਤੂੰ ਆਹ ਨਹੀਂ ਚੰਗਾ ਕੀਤਾ ਅਤੇ ਮੈਂ ਰੱਬ ਤਾਂ ਨਹੀਂ ਹੈਗੀ ਅਤੇ ਜੇ ਕੋਈ ਸ਼ਿਕਾਇਤ ਆਉਂਦੀ ਹੈ ਉਹ ਫਿਰ ਸੁਣਦੇ ਆ ਚੰਗੀ ਤਰ੍ਹਾਂ ਕਸਟਮਰ ਦੀ ਸ਼ਿਕਾਇਤ ਦੀ ਸੁਣਵਾਈ ਹੁੰਦੀ ਇੱਥੇ ਜੇ ਕਸਟਮਰ ਸਾਨੂੰ ਕਹਿੰਦਾ ਕਿ ਸਰ ਤੁਹਾਡੀ ਕੋਈ ਚੀਜ਼ ਇਸ ਤਰ੍ਹਾਂ ਉਹਨੂੰ ਉਸੇ ਵੇਲੇ ਹੀ ਉਸ ਗੱਲ ਦਾ ਧਿਆਨ ਕਰਕੇ ਨਾ ਉਹਨੂੰ ਉਸ ਵੇਲੇ ਪਰਫੈਕਟ ਕਰਨ ਦੀ ਕੋਸ਼ਿਸ਼ ਕਰੀਦੀ ਅਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਨਾਲ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੇ ਸਹੀ ਲੈਣਾ ਸਸਤਾ ਲੈਣਾ ਅਤੇ ਵਧੀਆ ਲੈਣਾ ਤਾਂ ਫਿਰ ਬਿੱਟੂ ਦੇ ਡਿਪੂ 'ਤੇ ਆ ਜਾਓ ਅਤੇ ਸਰ ਤੁਹਾਨੂੰ ਪੁੱਛਦੇ ਹਾਂ ਕਿ ਬਿੱਟੂ ਦੇ ਡਿਪੂ ਦੇ ਬਾਰ ਬਾਰ ਲੋਕ ਆਉਂਦੇ ਇੱਕ ਵਾਰ ਕਹਿੰਦੇ ਅਸੀਂ ਆਉਂਦੇ ਹਾਂ ਅਤੇ ਅਸੀਂ ਬਾਰ ਬਾਰ ਫਿਰ ਇੱਥੇ ਹੀ ਆਉਣਾ ਆ ਅਸੀਂ ਹੋਰ ਕਿਤੇ ਜਾਣਾ ਕੀ ਖਾਸ ਹੈ ਇੱਥੇ ਅਸੀਂ ਨਾ ਕੱਪੜਾ ਵਧੀਆ ਕੁਆਲਿਟੀ ਵਧੀਆ ਦਿੰਦੇ ਪਏ ਹਾਂ ਔਰ ਗਾਹਕ ਦੀ ਹਰ ਥਿਊਰੀ ਨੂੰ ਸਮਝਦੇ ਪਏ ਹਾਂ ਔਰ ਸਮਝ ਕੇ ਵਧੀਆ ਚੀਜ਼ਾਂ ਉਹਨਾਂ ਨੂੰ ਅੱਗੇ ਪੇਸ਼ ਕਰਦੇ ਪਏ ਹਾਂ ਹਰ ਰੋਜ਼ ਨਵੀਂ ਵਰਾਇਟੀ ਆਉਂਦੀ ਪਈ ਹੈ ਹਰ ਰੋਜ਼ ਨਵੀਂ ਵਰਾਇਟੀ ਵੇਖ ਕੇ ਗਾਹਕ ਸਾਡੇ ਕੋਲ ਆਉਂਦਾ ਪਿਆ ਹਾਂਜੀ ਔਰ ਘੱਟ ਰੇਟਾਂ 'ਤੇ ਹਾਂਜੀ ਇੱਥੇ ਟੈਚੀ ਪਿਆ ਆ ਅਤੇ ਮੈਂ ਸੁਣਿਆ ਕਿ ਇਹ ਜਿਹੜਾ ਆ ਦਾਜ ਵਰੀ ਲਈ ਤੁਸੀਂ ਨਾਲ ਗਿਫਟ ਦਿੰਦੇ ਪਏ ਆ ਹਾਂਜੀ ਅਸੀਂ ਨਾ ਵੇਖੋ ਜੇ ਗਾਹਕ ਇੰਨੀ ਦੂਰੋਂ ਚੱਲ ਕੇ ਆਉਂਦਾ ਵਾ ਸਮਾਨ ਆਪਾਂ ਪਾ ਕੇ ਪੈਕ ਕਰਕੇ ਵੀ ਦੇਣਾ ਵਾ ਜੇ ਉਹਨੂੰ ਅਗਲੇ ਨੂੰ ਚੰਗੀ ਚੀਜ਼ ਦੇਈਏ ਅਗਲੇ ਘਰ ਜਾਵੇ ਸਮਾਨ ਆਰਾਮ ਨਾਲ ਸਭ ਤੋਂ ਬੈਸਟ ਹੈਗਾ ਗਾਹਕਾਂ ਵਾਸਤੇ ਸਭ ਕੁਝ ਸੋਚਣਾ ਪੈਂਦਾ ਹੈ ਜੀ ਅਗਰ ਜੇ ਅਗਰ ਇੰਨੀ ਦੂਰੋਂ ਗਾਹਕ ਸਾਡੇ ਕੋਲ ਚੱਲ ਕੇ ਆਉਂਦਾ ਵਾ ਅਤੇ ਜੇ ਅਗਲੇ ਦੀ ਮਾਣ ਨਹੀਂ ਕਰਾਂਗੇ ਤਾਂ ਸਾਨੂੰ ਕੀ ਫਾਇਦਾ ਵਾ ਜੇ ਹਰ ਵਾਰ ਦਿੰਦੇ ਜਾਂ ਫਿਰ ਸਪੈਸ਼ਲ ਹਰ ਜੀ ਕੋਈ ਗਾਹਕ ਲੈਂਦਾ ਵਾ 25,000 ਰੁਪਏ ਨਾਲ ਅਸੀਂ ਇੱਕ ਟੈਚੀ ਫਰੀ ਦਿੰਦੇ ਹਾਂ ਨਾਲ ਹਾਂਜੀ 25,000 ਦਾ ਬਿੱਲ ਜਿੰਦਾ ਬਣਦਾ ਵਾ ਅਸੀਂ ਇੱਕ ਟੈਚੀ ਫਰੀ ਦਿੰਦੇ ਹਾਂ ਇੱਥੇ ਤੁਹਾਨੂੰ ਦਿਖਾ ਦਈਏ ਇੱਕ ਹੋਰ ਟੈਚੀ ਜਿਹੜਾ ਇਸ ਟਾਈਮ ਪੈਕ ਹੋ ਰਿਹਾ ਤੁਸੀਂ ਦੇਖ ਸਕਦੇ ਹਾਂ ਪਹਿਲਾਂ ਬਲੂ ਕਲਰ ਦਾ ਸੀ ਹੁਣ ਰੈੱਡ ਕਲਰ ਦਾ ਆ ਅਤੇ ਇਸ ਟਾਈਮ ਜਿਹੜੀ ਆ ਉਹਨਾਂ ਨੇ ਜਿਹੜੀ ਸ਼ੋਪਿੰਗ ਕੀਤੀ ਹੋਈ ਆ ਕਸਟਮਰ ਨੇ ਉਹ ਜਿਹੜੀ ਆ ਵਿੱਚ ਪੈ
ਰੋਜ਼ ਹੀ ਨਵੀਆਂ ਵਰਾਇਟੀਆਂ ਆਉਣ ਡੀਆਂ, ਰੋਜ਼ ਹੀ ਨਵੇਂ ਨਵੇਂ ਡਿਜ਼ਾਈਨ ਆਉਣ ਡੇ ਆ। ਤੇ ਇੱਥੇ ਇੱਕ ਨਵੀਂ ਗੱਲ ਮੈਂ ਤਾਂ ਦੇਖਣ ਨੂੰ ਮੈਨੂੰ ਮਿਲੀ ਆ ਕਿ ਟੈਚੀ ਤੁਸੀਂ ਦਿੰਦੇ ਆ। ਹਾਂਜੀ ਹਾਂਜੀ, ਉਹ ਤਾਂ ਅਸੀਂ ਦਿੰਦੇ ਹਾਂ 25,000 ਦੇ ਨਾਲ ਟੈਚੀ ਕੇਸ, ਸੂਟ ਕੇਸ ਫ੍ਰੀ ਦਿੰਦੇ ਆ। ਦਾਜਵਰੀ ਦੀ ਸ਼ੋਪਿੰਗ? ਦਾਜਵਰੀ ਦੀ ਸ਼ੋਪਿੰਗ ਦੇ, ਕੋਟ ਪੈਂਟ ਦੀ ਸ਼ੋਪਿੰਗ ਦੇ ਨਹੀਂ, ਸਿਰਫ ਦਾਜਵਰੀ ਦੀ ਸ਼ੋਪਿੰਗ ਦੇ, ਲੇਡੀ ਸੂਟ ਦੇ ਉੱਤੇ। ਹਾਂਜੀ। ਵਿੰਟਰ ਦੇ ਲਈ ਕਿੱਦਾਂ ਦਾ ਕੱਪੜਾ, ਕਿੱਦਾਂ ਦੀ ਵਰਾਇਟੀ? ਮੈਂ ਹਮੇਸ਼ਾ ਹੀ ਦੱਸਦਾ ਮੇਰੇ ਕੋਲ 250 ਤੋਂ ਸਟਾਰਟ ਆ ਰੇਂਜ, ਅਤੇ ਬਾਕੀ ਜਿੰਨੀ ਮਰਜ਼ੀ ਰੇਂਜ ਵਧੀਆ ਲਈ ਜਾਓ। ਕੱਪੜਾ ਮੇਰਾ ਕੁਆਲਿਟੀ ਵਾਲਾ ਵਾ, ਗਰੰਟੀਡ ਕੱਪੜਾ, ਕੋਈ ਬੋਰਨਿੰਗ ਕੁਛ ਨਹੀਂ ਆ। ਕਸਟਮਰ ਲੈ ਕੇ ਜਾਂਦੇ ਪਏ, ਖੁਸ਼ ਹੋ ਕੇ ਜਾਂਦੇ ਪਏ ਆ, ਮਤਲਬ ਗਾਹਕ ਨੂੰ ਵਧੀਆ ਚੀਜ਼ਾਂ ਦੇ ਰਹੇ ਹਾਂ ਘੱਟ ਰੇਂਜ ਦੇ ਵਿੱਚ, ਕੁਆਲਿਟੀ ਵਾਈਜ਼ ਦੇ ਰਹੇ ਹਾਂ, ਕਸਟਮਰ ਖੁਸ਼ ਹੋ ਕੇ ਆਉਂਦਾ ਵਾ। ਮਤਲਬ ਇਹ ਨਹੀਂ ਆ ਕਿ 90 ਦਾ ਸੂਟ ਵੇਚਣਾ, 150 ਦਾ ਸੂਟ ਵੇਚਣਾ, ਗਾਹਕ ਦਾ ਜਾ ਕੇ ਸਟਿੱਚ ਹੀ ਨਾ ਉਹਦਾ ਹੋਵੇ, ਫਾਇਦਾ ਕੀ ਉਹਦਾ? ਗਾਹਕ ਜੋ 90 ਰੁਪਏ ਲਾਏ ਵੀ ਮਿੱਟੀ ਆ। ਕੱਪੜਾ ਗਾਹਕ ਨੂੰ ਉਹ ਦੇਣਾ ਜਿਹੜਾ ਗਾਹਕ 2-4-5-6 ਮਹੀਨੇ ਹੰਢਾਵੇ ਦਾ ਹੀ ਸੂਟ ਪਾਵੇ ਦਾ ਹੀ, ਕਿ ਵਾਕਈ ਕੱਪੜਾ ਲੈ ਕੇ ਆਇਆ, ਕੁਛ ਤਨ ਨੂੰ ਪਾਉਣ ਨੂੰ ਮਿਲਿਆ ਦਾ ਹੀ ਸੂਟ। ਪੇਟੀਆਂ ਦਾ ਸ਼ਿੰਗਾਰ ਬਣਾਉਣ ਵਾਲੇ ਕੱਪੜੇ ਨਹੀਂ ਅੱਡੇ ਗਏ। ਅਤੇ ਨਾਲ ਇਹ ਵੀ ਆ, ਕਹਿੰਦੇ ਕਿ ਇੱਥੇ ਜਿਹੜੇ ਕੱਪੜੇ ਆ ਤੁਸੀਂ ਰੁਮਾਲੇ ਤੋਂ ਲੈ ਕੇ ਵਿਆਹ ਦੀ ਸ਼ੋਪਿੰਗ ਕਰਦੇ ਆ, ਇੱਥੇ ਰੁਮਾਲੇ ਤੋਂ ਲੈ ਕੇ ਹਰ ਇੱਕ ਵੈਡਿੰਗ ਦੀ ਚੀਜ਼ ਇੱਕੋ ਹੀ ਛੱਤ ਥੱਲੇ ਮਿਲਦੀ ਆ। A to Z ਜੀ, ਤੁਸੀਂ ਸਾਡੇ ਕੋਲ ਰੁਮਾਲਾ ਸਾਹਿਬ ਲਓ, ਤੁਸੀਂ ਸਾਡੇ ਕੋਲ ਡੇਲੀ ਵੇਅਰ ਸੂਟ ਲਓ, ਪਾਰਟੀ ਵੇਅਰ ਸੂਟ ਲਓ, ਡਰੈੱਸਾਂ ਲਓ, ਲਹਿੰਗੇ ਲਓ, ਗਾਊਨ ਲਓ, ਕੋਟ ਪੈਂਟ ਲਓ, ਪੈਂਟ ਸ਼ਰਟ ਲਓ, ਕੁੜਤੇ ਪਜਾਮੇ, ਪੱਗਾਂ, ਮੀ ਕੱਪੜੇ ਦੇ ਨਾਲ ਰਿਲੇਟਿਡ ਕੋਈ ਵੀ ਲੇਡੀਜ਼ ਜੈਂਟਸ ਦੀ ਕੋਈ ਵੀ ਆਈਟਮ ਸਾਡੇ ਕੋਲ ਮਿਲੇਗੀ ਅਨਸਟਿਚ ਸਾਰੀ ਟੋਟਲੀ। ਅੰਮ੍ਰਿਤਸਰ ਵੀ ਟਰਾਈ ਕਰ ਲੈਣ, ਚਾਹੇ ਜਲੰਧਰ ਟਰਾਈ ਕਰ ਲੈਣ, ਚਾਹੇ ਲੁਧਿਆਣਾ ਟਰਾਈ ਕਰ ਲੈਣ, ਉਹ ਰੇਟ ਉਹਨਾਂ ਨੂੰ ਕਿਤੋਂ ਨਹੀਂ ਮਿਲ ਸਕਦਾ ਜੋ ਅਸੀਂ ਕਸਟਮਰ ਨੂੰ ਰੇਟ ਲਾ ਦੇਈਦਾ ਵਾ। ਇੱਥੇ ਅਸੀਂ ਕਸਟਮਰ ਆਏ ਸੀ, ਉਹ ਕਹਿੰਦੇ ਸੀ ਅੰਮ੍ਰਿਤਸਰ ਘੁੰਮ ਕੇ ਆਏ ਹਾਂ, ਪਰ ਸਾਨੂੰ ਇੱਥੇ ਜਾਣੀ ਕਿ ਆ ਕੇ ਸੰਤੁਸ਼ਟੀ ਮਿਲੀ, ਇੱਥੇ ਕੱਪੜਾ ਵਧੀਆ ਮਿਲਿਆ। ਕੱਪੜਾ ਕੁਆਲਿਟੀ ਦੇਣੀ ਹੈ ਕਸਟਮਰ ਨੂੰ। ਵੇਖੋ ਅੱਜ ਕੱਲ੍ਹ ਹਰ ਕਸਟਮਰ ਪੜ੍ਹਿਆ ਲਿਖਿਆ, ਉਹਨੂੰ ਹਰ ਚੀਜ਼ ਦਾ ਪਤਾ ਵਾ। ਅਸੀਂ ਕਿਸੇ ਕਸਟਮਰ ਨੂੰ ਬੇਵਕੂਫ ਨਹੀਂ ਬਣਾ ਸਕਦੇ। ਕੋਈ ਕਸਟਮਰ ਨੂੰ ਅਸੀਂ, ਚਾਹੇ ਉਹ ਪਿੰਡ ਤੋਂ ਆ ਰਿਹਾ, ਚਾਹੇ ਉਹ ਸ਼ਹਿਰ ਤੋਂ ਆ ਰਿਹਾ ਵਾ, ਅਸੀਂ ਕਿਸੇ ਕਸਟਮਰ ਨੂੰ ਬੇਵਕੂਫ ਨਹੀਂ ਬਣਾ ਸਕਦੇ, ਕਿਉਂਕਿ ਕਸਟਮਰ ਨੂੰ ਸਭ ਕੁਛ ਪਤਾ। ਪੜ੍ਹੇ ਲਿਖੇ ਕਸਟਮਰ ਹੈਗੇ ਆ, ਉਹਨਾਂ ਨੂੰ ਪਤਾ ਕਿਹੜੀ ਚੀਜ਼ ਕਿੰਨੇ ਦੀ ਗਈ ਹੈ ਅਤੇ ਕੌਣ ਕਿੰਨੇ ਦੀ ਵੇਚ ਰਿਹਾ ਵਾ। ਨਹੀਂ ਤਾਂ ਗੱਲਾਂ ਕਰਨ ਨਾਲ ਕੁਛ ਨਹੀਂ ਹੁੰਦਾ, ਕੱਪੜੇ ਦੀ ਕੁਆਲਿਟੀ ਵੀ ਕਸਟਮਰ ਨੂੰ ਦੇਣੀ ਪੈਂਦੀ ਹੈ, ਫਿਰ ਹੀ ਦੁਕਾਨਦਾਰੀਆਂ ਚੱਲਦੀਆਂ। ਉੱਦਾਂ ਨਹੀਂ ਦੁਕਾਨ ਐਡ ਤਾਂ ਜਿੰਨੀਆਂ ਮਰਜ਼ੀ ਦੇ ਲਓ, ਭਾਵੇਂ ਮੈਂ ਤੁਹਾਡੇ 10 ਸਟੋਰੀ ਆ, ਤੁਸੀਂ ਹੋਰ ਮੇਰੀ ਆ ਕੇ ਬਣਵਾ ਕੇ ਲੈ ਜਾਓ, 20 ਬਣਾ ਲਓ, 100 ਬਣਾ ਲਓ, ਪਰ ਜੇ ਮੈਂ ਕਸਟਮਰ ਦੀ ਕੁਆਲਿਟੀ ਨਹੀਂ ਦਊਂਗਾ, ਮੇਰੀਆਂ ਸਟੋਰੀਆਂ ਬਣਾਉਣ ਦਾ ਕੋਈ ਫਾਇਦਾ ਨਹੀਂ ਜੀ। ਕਸਟਮਰ ਮੇਰੇ ਕੋਲ ਚੱਲ ਕੇ ਆਏਗਾ, ਆਪਣੀ ਮਰਜ਼ੀ ਦੇ ਕੱਪੜੇ ਲੈ ਕੇ ਜਾਏਗਾ, ਪਸੰਦ ਕਰੇਗਾ, ਫਿਰ ਉਹਨੂੰ ਕਹੋਗੇ, ਉਹ ਦੁਕਾਨਦਾਰੀ ਸੈੱਟ ਹੈ ਜੀ। ਮਤਲਬ ਗੱਲਾਂ ਵਾਲੀ ਦੁਕਾਨਦਾਰੀ ਨਹੀਂ, ਕਰਨ ਵਾਲੀ ਦੁਕਾਨਦਾਰੀ ਹੈਗੀ ਸਾਡੀ। ਤੁਸੀਂ ਇੰਨਾ ਬਾਜ਼ਾਰ ਨਾਲੋਂ ਸਸਤਾ ਕੱਪੜਾ ਦੇਈ ਜਾਂਦੇ ਆ, ਆਖਿਰ ਕੀ ਗੱਲ ਕੀ ਆ, ਕੁਛ ਬਚਦਾ ਤੁਹਾਨੂੰ ਹੈਗਾ ਕਿ ਨਹੀਂ ਬਚਦਾ? ਬਚਦਾ ਵਾ ਤਾਂ ਬੈਠੇ ਹੋਏ ਆ ਜੀ, 30-40 ਬੰਦੇ ਕੰਮ ਕਰਦੇ ਪਏ ਆ, ਤਾਂ ਹੀ ਬਸ ਹੀ ਸਾਡਾ ਮਾਰਜਨ ਜੈਨੂਅਨ ਆ ਜੀ। ਅਸੀਂ ਲੋਕਾਂ ਵਾਂਗੂ 50-50% ਨਹੀਂ ਨਾ ਲਾਉਂਦੇ, ਉਹ ਇਹ ਨਹੀਂ ਨਾ ਕਰਦੇ 1,000 ਦੀ ਆਈ ਜੀ, ਉਹ ਮੁੰਡੇ ਨੂੰ ਕਹਿੰਦਾ 2,000 ਲਾ ਦੇ, ਅਸੀਂ 1,000 ਵਾਲੀ ਚੀਜ਼ ਨੂੰ 1,050 ਦਾ ਵੇਚ ਦੇਣਾ। ਇੰਨਾ ਕੁ ਫਰਕ ਆ ਸਾਡੇ ਵਿੱਚ ਅਤੇ ਲੋਕਾਂ ਦੇ ਵਿੱਚ। ਅਤੇ ਜੇ ਕਿ ਮੰਨ ਲਓ ਹੁਣ ਇੱਥੇ ਪਸੰਦ ਆਪਾਂ ਕਰਕੇ ਲੈ ਗਏ ਸੂਟ, ਘਰ ਜਾ ਕੇ ਪਸੰਦ ਨਾ ਆਇਆ, ਚੇਂਜੇਬਲ ਹੈ? ਹਾਂਜੀ ਹਾਂਜੀ, ਕਸਟਮਰ ਨੂੰ ਚੇਂਜ ਕਰਕੇ ਦੇਈਦਾ, ਨਾਲੇ ਇਹ ਨਹੀਂ ਕਿ ਮੱਥਾ ਸਾੜ ਕੇ ਬਹਿ ਜਾਈਦਾ ਜਦੋਂ ਕਸਟਮਰ ਚੇਂਜ ਕਰਨ ਆ ਜੇ। ਉਹ ਗਾਹਕ ਨੂੰ ਉਦੋਂ ਵੀ ਉੱਨੀ ਵਰਾਇਟੀ ਦਿਖਾਈ ਦੀ ਜਦੋਂ ਲੈਣ ਆਇਆ, ਅਤੇ ਜਿੰਨੀ ਗਾਹਕ ਨੂੰ ਪਸੰਦ ਨਹੀਂ ਆਉਂਦਾ ਉਦੋਂ ਵੀ ਉਹਨੂੰ ਉੱਨੀ ਵਰਾਇਟੀ ਦਿਖਾਈ ਜਾਈਦੀ। ਜਦੋਂ ਮਰਜ਼ੀ ਚੇਂਜ ਕਰ ਸਕਦੇ ਜੇ ਟਾਈਮਿੰਗ ਹੁੰਦੀ ਹੈ ਕੁਛ? ਹੁੰਦੀ ਹੈ ਜੀ, ਚੇਂਜ ਕਰਨ ਦੀ, ਵੈਸੇ ਮੋਸਟਲੀ ਅਸੀਂ ਥਰਸਡੇ ਦਾ ਡੇ ਰੱਖਿਆ ਚੇਂਜ ਕਰਨ ਦਾ। ਬਾਕੀ ਕਸਟਮਰ ਜੇ ਕਿਸੇ ਵੇਲੇ ਵਿੱਚ ਆ ਜਾਵੇ, ਉਹਨੂੰ ਨਹੀਂ ਪਤਾ ਕਿਸੇ ਨੂੰ ਉਹਨੂੰ ਕਰਦੀ, ਤਾਂ ਚੇਂਜ ਕੋਈ ਦਿੱਕਤ ਨਹੀਂ। ਜਿਨ੍ਹਾਂ ਨੂੰ ਪਤਾ ਥਰਸਡੇ ਨੂੰ ਚੇਂਜ ਹੋਣਾ ਵਾ, ਥਰਸਡੇ ਨੂੰ ਹੀ ਆਉਂਦੇ ਆ। ਸਰ ਵਿੰਟਰ ਦੇ ਲਈ ਦੱਸ ਦਿਓ ਕਿ ਵਰਾਇਟੀ ਇੱਕ ਵਾਰ ਦਿਖਾ ਦੋਗੇ ਕਸਟਮਰ, ਐਵੇਂ ਕਹੋਗੇ ਜਾਂ ਦਰਸ਼ਕ ਕਹਿਣਗੇ ਕਿ ਗੱਲਾਂ ਕਰੀ ਜਾਂਦੇ ਸਾਨੂੰ ਦਿਖਾ ਨਹੀਂ ਰਹੇ ਗਏ ਵਰਾਇਟੀ? ਵਰਾਇਟੀ ਤਾਂ ਮੇਰੇ ਕੋਲ ਬਹੁਤ ਜ਼ਿਆਦਾ ਹੀ ਆ, ਸਿਰਫ ਸਮਝ ਲਓ ਕਿ ਜਿੰਨੀ ਕੁ ਵੀ ਮੈਂ ਵਰਾਇਟੀ ਵਿਖਾਵਾਂਗਾ, ਉਹ 1% ਦਾ ਵੀ 1% ਹੈਗਾ ਜੀ। ਹਾਂਜੀ, ਮੈਂ ਹੁਣ ਤੁਹਾਡੀ, ਤੁਹਾਨੂੰ ਮੈਂ ਸਟਾਰਟਿੰਗ ਰੇਂਜ ਤੋਂ ਸ਼ੁਰੂ ਕਰਦਾ ਜੀ। ਆਹ ਦੇਖੋ ਜੀ ਸੂਟ ਸਾਡੇ ਕੋਲ, ਆਹ ਦੇਖੋ ਦੇਖੋ ਚੀਜ਼, ਪਿਓਰ ਪਸ਼ਮੀਨੇ ਦਾ ਸੂਟ ਜੇ, ਦੇਖੋ ਜੀ 250 ਰੁਪਏ ਤੋਂ ਸਟਾਰਟ ਹੈਗਾ ਸੂਟ। ਦੇਖੋ ਚੀਜ਼ਾਂ ਹੁਣ ਸਾਡੇ ਕੋਲ ਟਵਿਲ ਦੇ ਵਿੱਚ ਆਉਂਦੇ ਆ ਜੀ, ਪਿਓਰ ਵੂਲ ਦੇ, 450 ਰੁਪਏ ਦੀ ਰੇਂਜ। ਦੇਖੋ ਜੀ ਕੱਪੜੇ, ਦੇਖੋ ਸਟੱਫ, ਦੇਖੋ ਬਿਲਕੁਲ ਡਿਜ਼ਾਈਨ ਵੀ ਬਹੁਤ ਵਧੀਆ। ਜਿਵੇਂ ਮਰਜ਼ੀ ਹੰਡਾਏ ਬੋਰ ਨਹੀਂ ਆਏਗੀ, ਪੂਰੀ ਫੁੱਲ ਗਰੰਟੀ ਬੋਰ ਦੀ। ਹੁਣ ਆਹ ਦੇਖੋ ਜੀ 450 ਰੁਪਏ ਦੀ ਰੇਂਜ ਚੈੱਕ ਸੂਟ। ਦੇਖੋ ਚੀਜ਼ਾਂ, ਐਮਬਰਾਇਡਰੀ ਵਾਲੇ ਪੀਸ ਆਣਗੇ, ਹੈਲੋ ਜੀ ਕੋਟਰਾਈ ਦੇ ਵਿੱਚ ਆਣਗੇ ਪੀਸ। ਆਹ ਦੇਖੋ ਜੀ ਕੋਟਰਾਈ, ਦੇਖੋ ਚੀਜ਼ਾਂ, ਦੇਖੋ ਸਟਾਈਲ, ਦੇਖੋ ਪ੍ਰਿੰਟ, ਦੇਖੋ ਆਹ ਕੋਟਰਾਈ ਦੇ ਡਿਜ਼ਾਈਨ, ਦੇਖੋ ਕਿੰਨੇ ਸੋਹਣੇ ਸੋਹਣੇ ਆ। ਦੇਖੋ ਚੀਜ਼, ਕੱਪੜਾ ਵਜਨ ਚੁੱਕ ਕੇ ਦੇਖੋ ਜੀ, ਇੱਕ ਹੱਥ ਨਾਲ ਤੁਸੀਂ ਸੂਟ ਵੀ ਨਹੀਂ ਚੁੱਕ ਸਕਦੇ। ਕੱਪੜਾ ਹੈਵੀ ਆ, ਕਿ ਗਾਹਕ 20 ਸਾਲ ਤੱਕ ਸੂਟ ਹੰਢਾਉਂਦਾ ਰਹੇਗਾ ਤੇ ਖਰਾਬ ਨਹੀਂ ਹੋਣਾ। ਗਾਹਕ ਨੇ ਕਹਿਣਾ ਹੁਣ ਮੈਂ ਅੱਕ ਗਿਆ ਸੂਟ ਪਾ ਪਾ ਕੇ, ਹੁਣ ਚੇਂਜ ਕਰ ਹੀ ਲਵਾਂ। ਇੰਨੇ ਵਧੀਆ ਕੱਪੜੇ ਹੈਗੇ ਸਾਡੇ ਕੋਲ, ਡਿਜ਼ਾਈਨ ਕਲਰ ਵੀ ਬੜਾ ਪਿਆਰਾ ਆ। ਆਹ ਦੇਖੋ ਡਿਜ਼ਾਈਨ, ਆਹ ਦੇਖੋ ਚੀਜ਼ਾਂ
क्योंकि मैं जो क्वालिटी कस्टमर नूं मैं दस रहा वीडियो दे विच मैं उही क्वालिटी कस्टमर नूं दे रहा वा। तुसीं मेरे कोल कोट पेंटां दी क्वालिटियां देखोगे, लोग कहिंदे रेमंड दा कपड़ा लो इन्ने दा, जो कस्टमर जांदा वा दूजे तों तीजा थान नहीं खुलदा दुकान ते, इह तां गाहक दे के थानां दे ढेर ला दईदे 20-30 थान खोली दे इक इक डिजाइन दे विच। सी आर राम दा कपड़ा कोई कह दे ना मैं इन्ने दा दिंदा वा, तीजा थान नहीं खुलदा, खत्म जी। मेरे को हुणे को मैं हुणे तुहानूं घट्टो घट्ट वी 100 थान तां मैं तुहानूं हुणे दिखा रहा जाके, पर मेरे को खानिया च लगा पिया गदामां दा तां हिसाब ही कोई नहीं गा। बुक्स वाले सूट आंदे गरम, बहुत वधिया क्वालिटियां होंदियां इन्हां दीआं। आ देखो जी फोटो, हूब हू जो पिक्चर वेच आ हूब हू उस सूट जिहड़ा आ वेचने दा। कई बार असीं की देखदे हां कि जिहड़ा फोटो कोई होर लगी हुंदी आ विच कपड़ा जां फिर कोई डिजाइन कुछ होर हुंदा, बट इत्थे इदां दा नहीं हैगा। और इहदा जिहड़ा नाल दुपट्टा मिल रिहा आ इन्ना ज़्यादा मुलायम आ ना, बड़ा प्यारा आ और बिल्कुल हूब हू इदां बनेगा। आपां इक गल कहांगे, जिहड़े खुद दुकानदार की चॉइस वधिया ना वो कस्टमर नू चॉइस वाली वरायटी दूगा, जिहदी खुद की दुकानदार की चॉइस नहीं ना वधिया वो कस्टमर नू वधिया वरायटी किदां दे सकदा। इदां भी हुंदा आ सर वी आके कस्टमर खुद तुहानू डिजाइन दिखांदे वी इदां दा कुछ मंगवा के दो? हाँ जी हाँ जी, आते कस्टमर विखाते, मोस्टली लोगों को मिल भी जाता सेम, क्योंकि हर तरह की वरायटी अपने को हैगी आ, हर तरह की चीज़ आप दें, तो इस करके मोस्टली कस्टमर नू चीज़ा मिल भी जांदियां, कोई ऐडी गल नहीं है। दो चार कस्टमर होणगे जिन्हां नूं मंगवा के देना पैंदा पीस, क्योंकि घरों जो कस्टमर फोटो लैके आंदा वा कि पर उहने फोटो कित्थे खिंची हुई है, कित्थों आई उहनूं फोटो, किसे वेले डिजाइन जां पुराना हो चुका हुंदा वा, नहीं मार्केट विच आ रहा हुंदा, इस करके इत्थे तो दिक्कत है, नहीं तो मोस्टली डिजाइन असीं कस्टमर नूं दे दईदे आ। चाहे फोटो भी लैके आंदा, देखो डिजाइन देखो चीज़ां। विंटर कलैक्शन दे विच ओके रिपोर्ट है जी साडी, एक बैग विच 10 सूट हुंदे आ, 500 सूट डेली मेरे को गर्म आंदा ते मेरा 500 ही रोज़ विकदा जी। देखो चीज और बिल्कुल जिहड़े ना कस्टमर पाउणा पसंद करदे इदां दे डिजाइनर जे थोड़े कपड़े और डिजाइनर जे सूट जिहड़ा सवाना चाहते आ, वह जिहड़े आ इत्थे आ के सस्ते रेटां दे विच जिहड़े आ इह तुसीं सिलवा सकदे आ, ते इन्ना ज़्यादा कपड़ा ही वधिया और नाल गरंटी भी कहिंदे आ, कहिंदे कि बुर आई ना तां असीं इत्थे बैठे आ, असीं गरंटी दिंदे आ कि बुर नहीं कदे आएगी इस कपड़े ते। हेलो किन्ने बैग दा? 10 बैग तां तुहाडे सामने पए होए आ, देखो बिल्कुल असीं बाहर भी देखिया, बाहर भी बहुत ज़्यादा पिया आ। देखो चीज़ हुण आ, देखो बुक कल ही मतलब मेरे को आए माल सारे वाले, देखो चीज़ा गर्म दे विच दा कस्टमर कहिंदा कि हाँ, क्योंकि विंटर सीजन आ, लोगों ने जनवरी फरवरी तक ऐसे ही कपड़े वीयर करने हैं, तुहानूं पता लॉकडाउन का समा वा, लोग घरों भी घट बाहर निकलते हैं, पर विंटर कपड़े की लोड़ है हर किसी को, क्योंकि आप पार्टी वेयर कपड़ा चाहे चलो जिन्हें ब्याह शादी से जाना उन्हें ही लैना वा, तो बाकी विंटर कपड़े की डिमांड जी हर किसी की इस वक्त हैगी आ। देखो चीज वरायटियां टॉप दिया कस्टमर नूं दवांगे, प्लेन कपड़े मेरे को बड़े वधिया, देखो उधर सारे प्लेन कपड़े लगे, प्योर च लै लो करेप च लै लो, हर तरह की चीज़ मेरे को अवेलेबल जी। नहीं बिल्कुल असीं हुण इत्थे देखे भी आ, एवें मैं कहां तां मैं इदां दे विंटर दे विच ना कई बार की हुंदा आ, पर डिजाइनस नहीं चंगे मिलदे या कपड़ा नहीं वधिया मिलदा, तो इत्थे जिहड़ा डिजाइन भी वधिया मिल रहा आ, कपड़ा भी वधिया मिल रहा आ, मतलब स्टाइलिश जे तुसीं कपड़े बनवाना चाहते हैं, ड्रैस बनवाना चाहते स्टाइलिश, तुसीं देख सकते हैं कि इत्थे फोटो भी लगी हुई है, हू बहू तुसीं इदां दी जिहड़ी आ फोटो जो अपना जो ड्रैस आ उह इदां दी बनवा सकते हैं। तो हुण असीं बैठे हाँ दाज वरी दे सैक्शन दे विच, इत्थे बहुत कुछ आ जिहड़े भी दाज वरी जिहड़ी आ खरीदना चाहुंदे आ विआह दे लई, बहुत कुछ इत्थे स्पैशल आ, डिजाइनस आ ते सस्ते रेट आ। साडे को ना दो शोरूम आ साडे दाज वरी दे, इक आ वाला ते इक उधर अगले बन्ने, दोवां बन्ने आ तुहानूं साडे कोल दाज वरी दीआं वरायटियां मिलेगा। हुण हर कस्टमर ने 200-250 वाला सूट तां लैणा नहीं हुंदा, क्योंकि विआह शादियों वास्ते फैंसी वधिया भारे सूट चलते हैं, प्योर के उत्ते चलते, सिल्क उत्ते सूट चलते हैं, फैंसी हैंडवर्क एम्ब्रॉयडरी मशीन एम्ब्रॉयडरी वाले पीस चलते हैं। हुण तुहानूं मैं दाज वरी वास्ते तुहानूं थोड़े अभी जो मैं थले कहा ही कि 10-15 हज़ार सूट मेरे को गर्म है ना, वह 1% का भी 1% दिखावगा, हुण इहदे विच मेरे को घट्टो घट 50 हज़ार सूट होना वा, तो वह भी 1% का 1% ही तुहानूं दिखावगा, क्योंकि वरायटी एक बिट्टू दे टिप्पू जंडियाला गुरु शहर बिट्टू टिप्पू की एक इहोजा दुकान हैगी आ कि जिथे वरायटी की भरमार है, वरायटी दे मतलब समझ लो कि वरायटी की है, माल नहीं गा वरायटी है, माल इकट्ठा होना एक वक्री गल हुंदी, वरायटी होनी एक वक्री गल हुंदी है, लोगों दुकानों में माल पे हुए, साडी दुकान च वरायटी पई हुई है जिहड़ी कस्टमर नूं पसंद आती है, जिहड़ा कस्टमर दूरों चल के आंदा खुश हो के जांदा कि हाँ मैनूं मज़ा आया कपड़ा खरीदण दा, मैनूं अपनी मनमर्जी दे सूट मिले, मैं अपने विआह वास्ते सूट बनाने आ, बुटीक दे पीस जिवें हुण कुड़ियां बाहर बुटीक दे सूट खुद तैयार करवांदियां, उह साडे कोल तैयार कीते कराए मिलदे सारे। तो तुसीं हुण जिद्दां गल्लां कर रहे हैं कि बहुत ज़्यादा वरायटी है, मैं तो बड़ी एक्साइटेड हाँ, तो आई होप साडे जिहड़े दर्शक भी बड़े एक्साइटेड होणगे, सानूं जल्दी जल्दी एक बार दिखा दो रोज़ वरायटी का नवी आनी आनी जे। तो एलो जी हुण आ देखो जी पीस, देखो वर्क
ਪਿਓਰ ਦਿੱਤੇ ਸੂਟ ਹੈ ਜੀ। दो कलर होंगे मेरे को एक एक डिजाइन किन्ने कलर है एक दो तीन चार पांच छे सात आठ नौ दस 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 कलर हैवी सूटा दे देखो चीजा लाइट लेना चाहता है लाइट भी कपड़े है डिजाइन है कपड़े है ते कलर है गया। अगर कोई डार्क पसंद करता है कलर तो डार्क कलर दे भी इतने कपड़े है रेड सूट बनाना वे गाजरी बनाना वे मतलब ब्याह च ब्राइडल सूट जो अजकल चलते मजेंटा विच लेना वे हर तरह की रेंज मेरे को अवेलेबल है। देखो पीस वर्क देखो किन्ने फैंसी किए हैं बुटीक के काम जो तुम इतने साढ़े को किराए मिल जाने कोई कस्टमर बाहर भजन की लड़ नहीं है कि अं बहर कोई चीज़ा लैन जानिया। देखो पीस वर्क देखो किन्ने फैसले हूँ यही सूट तुम बुटीक तैयार करा चल जाओगे ना तो 15-20 हज़ार रुपया चार्ज करती बुटीक वाली हूँ यह तुम अही कोई 6 का दे देना कोई 7 का दे देना कोई 8 का दे देना साढ़े को मतलब ब्याह शादी वाला सूट 1000-1500 रुपये तो बहुत सोहना सूट स्टार्ट हो जाता तो जिन्ना मर्जी वधिया रेंज ले जाओ। हूँ देखो जी मेरा देखो जी प्योर दे पीस बने हुए देखो पीस देखो डिजाइनिंग गले की कढ़ाई 2 साल तो विक रहा 2-3 साल तो डिजाइन विक रहा जी और ये गले की कढ़ाई मोती वाली जी सिप्पिया वाली होंगी वाली की हुई है और कितना हैवी है मतलब तो गला जरा ना बड़ा हैवी लग रहा है जो पाऊंगे ना तो बड़ा प्यारा लगेगा। डिजाइन अजकल बड़े विक रहे डिजाइनिंग मतलब तुम हर एक डिजाइनिंग साढ़े को मिलेगी जिदे जे नवे डिजाइन उन्होंने आते हैं हर एक साढ़े को मिलेंगे। देखो जी आना बहुत 2 साल तो डिजाइन इन्ना बहुत विक रहा जी आखो डिजाइनिंग देखो ना न्यू डिजाइन आया जी देखो जी देखो पीस कस्टमर पीस तो देखो ना आइटम कस्टमर देवे कस्टमर खुश हो जाता चीज़ा और दुपट्टा जो सूट दे बड़ा मायने रखता हों चुन्नी जी होंगी बड़ी मायने रखती है और देखो किन्ना ज़्यादा मतलब किन्ना सोहना आ पाया होया भी किन्ना ज़्यादा प्यारा लगेगा और डिजाइन भी हल्का भी डिजाइन है इन्ना ज़्यादा हैवी नहीं है ये लड़कियां जड़ियाँ ज़्यादातर अजकल जो हल्का हल्का जी कढ़ाई वगैरह पसंद कर दियाँ सो उन्होंने लिए तो बहुत ज़्यादा ही सोहना आ तो ये कोई पा लवे तो बिल्कुल ही बड़ा सोहना लगेगा। हूँ लोग ना वीडियो पाते दुकानदार कहें 250 रुपये के मेरे को प्योर करेब का सूट लो लो ये दसो कि 250 रुपये का कपड़ा आता जी मतलब कहन कह देना प्योर करेब और असल में होंगी प्योर करेब नहीं है करेबा देखो ना सूट फैंसी चीज़ा 800-900 रुपये का प्लेन कपड़ा ही आता हर कस्टमर को पता कोई कस्टमर जरा घरों चीज़ खरीदन जाता ना बुटीक के लड़कियाँ पीस तैयार कराए जाने उन्होंने यही उन्होंने कपड़े का नहीं पता सब कुछ पता कस्टमर कोई दुकानदार कस्टमर अजकल बेवकूफ नहीं बना सकता उन्होंने पता कि मैं कपड़ा थले केड़ा यूज करती भी हाँ केड़ा कपड़ा मैं खरीदना वा हर कस्टमर नू हर चीज़ का पता है हूँ अं तुम अं जो दसागे ना प्योर है तो प्योर ही होएगी अं दसागे ना कि सैमी हो सैमी होएगी यह नहीं कहना है कि प्योर नू सैमी कह रहा तो सैमी नू कुछ कह रहा वो नहीं अपना सिस्टम है दुकान का कई 200-250 थले कपड़ा लगाना उन्होंने कहने लो जी प्योर करेब लो जी 300 का सूट 500 का सूट मतलब उस प्योर करेब का कपड़ा ही जरा वा 300-400 रुपये मीटर होंगे वा 500 का सूट कितों दे देंगे जी सर यही गल है ना वो नाल गरंटी भी नहीं देंगे है गरंटी जो देनी उन्होंने कितों है जी उन्होंने को सूट एक दो सूट हो गए वाले विखाण वाले बाद जो कस्टमर जाता वा को चीज़ा नहीं मिलती हूँ आ देखो ना पीस आ पाड़ा सिलक के सूट है जो पाड़ा सिलक तो पाड़ा सिलक ही कहना वा अभी यही करना कि बिल्कुल प्योर सिलक का सूट है जी क्योंकि कस्टमर को पता कि प्योर सिलक आती 500 रुपये मीटर है तो मैं 2500 सूट उन्होंने किमें कढ़ाई करके किमें 2500 रुपये का मैं दे दाँगा जी प्योर सिलक का सूट हर कस्टमर को सब कुछ पता है ये कस्टमर को अज यही बेवकूफ नहीं बना सकते कस्टमर किसी को भी। देखो जी पीस हूँ पाड़ा तो प्रिंट उत्ते वर्क होए देखो पीस देखो चीज़ा देखो आ सलवार दे देखो बंद नहीं प्रिंट देखो वरायटियाँ देखो जी ओरिजिनल पीस है डुप्लीकेट ही कोई नहीं है कपड़े की फिनिश तो पता लगता ओरिजिनल पीस के डुप्लीकेट के देखो जी पीस देखो पीस आ डिजाइन अजक बहुत विक रहा जी हर मतलब ये कॉपियां भी बहुत आ गई हुई वा पर हाँ तुम ओरिजिनल ही मिलना क्योंकि ओरिजिनल के उत्ते जो ओरिजिनल कप होंगे ना सूट और कपड़ा जरा वा ब्रांडेड यूज़ किया जाता तो जोड़े होंगे कॉपियां उन्हें कपड़ा उन्ना ही हल्का आ जाना देखो पीस लगा हुआ चारे पासे गुट्टा लगा हुआ है तो इन्ने सस्ते जो थानू मिल रहे हैं बहुत सोहनी कंबीनेशन बड़ा प्यारा प्यारा आ।
ਆਲ ਓਵਰ ਸੂਟ ਸੀ ਆ ਨਾਲ ਅੱਜ ਕੱਲ੍ਹ ਦੁਪੱਟੇ ਦਾ ਬਹੁਤ ਟ੍ਰੈਂਡ ਆ ਬਟਰਫਲਾਈ ਦੁਪੱਟਾ ਇਹਨੂੰ ਕਹਿੰਦੇ ਹੁਣ ਲੋਕ ਔਨਲਾਈਨ ਹੋ ਕੇ ਇਹਨੂੰ 4000 45 ਸੌ ਰੁਪਏ ਸੂਟ ਵੇਚਦੇ ਆ ਆਹ ਵਾਲੇ ਪੀਸ ਸਾਡੇ ਰੇਟ ਹੈਗੇ ਬੜੇ ਜੈਨੂਅਨ ਜੇ ਅਸੀਂ ਆਹ ਦੇਖੋ ਹੁਣ ਪਲਾਜੋ ਸ਼ਰਾਰੇ ਲਓ ਜੀ ਸਾਡੇ ਕੋਲੋਂ ਹੈਲੋ ਆਹ ਦੇਖੋ ਜੀ ਸ਼ਰਟ ਪਲਾਜੋ ਸ਼ਰਟ ਆਏਗੀ ਦੇਖੋ ਜੀ ਆਇਰਨ ਨਾਲ ਪਲਾਜੋ ਹਰ ਇੱਕ ਰੇਂਜ ਹੈਗੀ ਆਪਣੇ ਹਰ ਚੀਜ਼ ਹੈ ਪਲਾਜੋ ਲਓ ਸ਼ਰਾਰੇ ਲਓ ਲਹਿੰਗੇ ਸੂਟ ਗਾਊਨ ਹਰ ਤਰ੍ਹਾਂ ਦੀ ਚੀਜ਼ ਆਪਣੇ ਕੋਲ ਮਿਲੇਗੀ ਦੇਖੋ ਸਟਾਈਲ ਕਸਟਮਰ ਨੂੰ ਵਰਾਇਟੀ ਸਾਡਾ ਮੇਨ ਫੋਕਸ ਹੁੰਦਾ ਕਸਟਮਰ ਨੂੰ ਵਰਾਇਟੀ ਦੇਣ ਦੇ ਵਿੱਚ ਨਾ ਕਿ ਕਸਟਮਰ ਨਾਲ ਗੱਲਾਂ ਕਰਨ ਦੇ ਵਿੱਚ ਕਈ ਲੋਕ ਗੱਲਾਂ ਜ਼ਿਆਦਾ ਕਰਦੇ ਆ ਅਤੇ ਵਰਾਇਟੀ ਘੱਟ ਵਿਖਾਉਂਦੇ ਆ ਕਈ ਕੀ ਕਰਦੇ ਆ 10 ਕੁ ਸੂਟ ਗਾਹਕ ਦੇ ਕੇ ਖੋਲਣਗੇ ਚਲੋ ਜੀ ਨਹੀਂ ਪਸੰਦ ਆ ਇਹਨੂੰ ਸਾਈਡ 'ਤੇ ਕਰ ਲਓ ਉਹਨੇ ਮੁੰਡੇ ਨੂੰ ਇਸ਼ਾਰਾ ਕਰ ਦੇਣਾ ਇਹਨੂੰ 10 ਮਿੰਟਾਂ ਬਾਅਦ ਇਹਨੂੰ ਫਿਰ ਅਸੀਂ ਖੋਲ ਦੀ ਕਸਟ ਇਹੀ ਸਾਡੀ ਦੁਕਾਨ ਦੀ ਇਹ ਸਿਫਤ ਆ ਜਿੰਨੀ ਦੇਰ ਤੱਕ ਗਾਹਕ ਨੂੰ ਸੂਟ ਪਸੰਦ ਨਹੀਂ ਨਾ ਆਉਂਦਾ ਉੰਨੀ ਦੇਰ ਗਾਹਕ ਦੇ ਕੋਲ ਸੂਟ ਨਹੀਂ ਚੁੱਕਦੇ ਆਹ ਦੇਖੋ ਜੀ ਹੁਣ ਇਹ ਦੁਪੱਟਾ ਦੇਖੋ ਕਿੰਨਾ ਹੈਵੀ ਦੇਖੋ ਸੂਟ ਦੇਖੋ ਪੀਸ ਆਹ ਲਹਿੰਗਾ ਬਣਿਆ ਇਹ ਨਾਲ ਆਹ ਦੁਪੱਟਾ ਜਿਹਦਾ ਆਹ ਨਾਲ ਹੈਵੀ ਸ਼ਰਟ ਹੈ ਦੇਖੋ ਵਰਾਇਟੀ ਵਰਾਇਟੀਆਂ ਕਸਟਮਰ ਨੂੰ ਦੇਣੀ ਆ ਲਾਜਵਾਬ ਕਿ ਕਸਟਮਰ ਦੁਬਾਰਾ ਚੱਲ ਕੇ ਆਵੇ ਇੱਕ ਵਾਰੀ ਆਵੇ 10 ਵਾਰੀ 100 ਵਾਰੀ ਆਵੇ ਸਾਡੇ ਕੋਲ ਹਮੇਸ਼ਾ ਪੱਕਾ ਸਾਡਾ ਕਸਟਮਰ ਬਣ ਜਾਵੇ ਕਿ ਗਾਹਕ ਇਹ ਨਾ ਕਹੇ ਕਿ ਤੁਹਾਡਾ ਹੁਣ ਰੇਟ ਵੱਧ ਗਿਆ ਵਾ ਹੁਣ ਤੁਹਾਡੀ ਕੁਆਲਿਟੀ 'ਚ ਫਰਕ ਪੈ ਗਿਆ ਨਾ ਕੁਆਲਿਟੀ ਸਦਾ ਇੱਕੋ ਚੱਲੂਗੀ ਹਮੇਸ਼ਾ ਵਧੀਆ ਕੁਆਲਿਟੀ ਯੂਜ ਸ਼ੁਰੂ ਤੋਂ ਹੀ ਕਰਦੇ ਹਾਂ ਅਤੇ ਕੁਆਲਿਟੀ ਵਧੀਆ ਹੀ ਹਮੇਸ਼ਾ ਯੂਜ ਕਰਨੀ ਆ ਦੇਖੋ ਚੀਜ਼ਾਂ ਇਹਦੀ ਇਹ ਡੋਲਾ ਦੁਪੱਟਾ ਕਹਿੰਦੇ ਨੂੰ ਬੜਾ ਟ੍ਰੈਂਡ ਹੈ ਜੀ ਅੱਜ ਕੱਲ੍ਹ ਬਿਲਕੁਲ ਆ ਜਿਹੜਾ ਨਾ ਕੰਬੀਨੇਸ਼ਨ ਦੁਪੱਟਿਆਂ ਦਾ ਉਹ ਬੜਾ ਪਿਆਰਾ ਆ ਔਨਲਾਈਨ ਹੋ ਗਿਆ ਕਹਿੰਦੇ 2000 ਰੁਪਏ ਦਾ ਮੇਰੇ ਕੋਲ ਪਿਓਰ ਸਿਲਕ ਦਾ ਸੂਟ ਲਓ ਅਸੀਂ ਤਾਂ 1400-1500 ਰੁਪਏ ਦਾ ਵੇਚ ਦਿੰਦੇ ਹਾਂ ਅਸੀਂ ਚੈਲੰਜ ਨਹੀਂ ਕਰਦੇ ਕਿਸੇ ਨੂੰ ਪਰ ਅਸੀਂ ਕਰਕੇ ਵਿਖਾਉਂਦੇ ਹਾਂ ਲੋਕ ਚੈਲੰਜ ਜ਼ਿਆਦਾ ਕਰਦੇ ਆ ਅਤੇ ਕੰਮ ਕਰਕੇ ਵਿਖਾਉਂਦੇ ਕੁਛ ਨਹੀਂ ਆ ਅਸੀਂ ਚੈਲੰਜ ਨਹੀਂ ਕਿਸੇ ਨੂੰ ਕਰਨਾ ਅਸੀਂ ਆਪਣੀ ਵਰਾਇਟੀ ਕਸਟਮਰ ਨੂੰ ਵਿਖਾਉਣੀ ਆ ਕਸਟਮਰ ਨੇ ਖੁਦ ਆ ਕੇ ਕਹਿਣਾ ਕਿ ਹਾਂ ਵਾਕਿਆ ਭਾਅ ਜੀ ਤੁਹਾਡਾ ਮਾਰਕੀਟ ਨਾਲੋਂ ਘੱਟ ਰੇਟ ਦਾ ਅਤੇ ਵਰਾਇਟੀ ਦਾ ਚੈਲੰਜ ਹੈਗਾ ਖੁਦ ਤੁਹਾਨੂੰ ਕਸਟਮਰ ਨੇ ਆ ਕਹਿਣਾ ਕਿ ਹਾਂਜੀ ਭਾਅ ਜੀ ਤੁਸੀਂ ਚੈਲੇਂਜੇਬਲ ਹੈਗੇ ਜੇ ਕਿਉਂਕਿ ਤੁਸੀਂ ਸਸਤਾ ਅਤੇ ਵਧੀਆ ਵੇਚ ਰਹੇ ਜੇ ਸਸਤਾ ਵੇਚਣਾ ਹੀ ਨਹੀਂ ਇੱਕ ਵੱਡੀ ਗੱਲ ਹੁੰਦੀ ਇੱਕ ਨਾਲ ਵਧੀਆ ਵੇਚਣਾ ਵੀ ਵੱਡੀ ਗੱਲ ਹੈ ਹਲਕੇ ਕੱਪੜੇ ਨੂੰ ਤਾਂ ਕੋਈ ਵੀ ਸਸਤੇ 'ਚ ਵੇਚ ਦੇਗਾ ਵਧੀਆ ਕੱਪੜੇ ਨੂੰ ਸਸਤੇ 'ਚ ਨਹੀਂ ਕੋਈ ਵੇਚ ਸਕਦਾ ਕਿਉਂਕਿ ਉਹਦੇ ਜਦੋਂ ਚੀਜ਼ਾਂ ਵਧੀਆ ਆ ਜਾਂਦੀਆਂ ਵਾ ਉਹਦੇ ਰੇਟ ਵੀ ਵਧੀਆ ਹੁੰਦੇ ਆ ਅਤੇ ਵਧੀਆ ਰੇਟਾਂ ਦੇ ਨਾਲ ਉਹਨਾਂ ਦੇ ਮਾਰਜਨ ਵੀ ਵੱਧ ਜਾਂਦੇ ਅਸੀਂ ਆਪਣਾ ਮਾਰਜਨ ਨਹੀਂ ਵਧਾਉਣਾ ਅਸੀਂ ਆਪਣਾ ਮਾਰਜਨ ਉਹੀ ਰੱਖਣਾ ਹਰ ਵਾਰੀ ਨਿਊ ਡਿਜ਼ਾਈਨ ਸਾਡੇ ਕੋਲ ਤੁਹਾਨੂੰ ਮਿਲਣਗੇ ਲੇਟੈਸਟ ਆਈਟਮਾਂ ਦੇਵਾਂਗੇ ਤੁਹਾਨੂੰ ਸੂਟਾਂ ਦੇ ਵਿੱਚ ਪੰਜਾਬੀ ਸੂਟ ਲਓ ਸਾਡੇ ਕੋਲ ਪਲਾਜੋ ਲਓ ਸ਼ਰਾਰੇ ਲਓ ਹਰ ਤਰ੍ਹਾਂ ਦੀ ਆਈਟਮ ਮੇਰੇ ਕੋਲ ਵਾਧੂ ਵਰਾਇਟੀ ਹੈ ਕਸਟਮਰ ਆਊਗਾ ਖੁਸ਼ ਹੋ ਕੇ ਜਾਊਗਾ ਨਿਰਾਸ਼ ਕੋਈ ਨਹੀਂ ਹੋ ਕੇ ਜਾਊਗਾ ਹਾਂ ਇੰਨੀ ਮੈਂ ਗਰੰਟੀ ਲੈਣਾ ਕਿ ਮੰਨ ਲਓ ਜੇ ਬਜ਼ਾਰ ਸੂਟ ਦਾ ਰੇਟ 5000 ਆ ਤਾਂ ਮੇਰਾ ਤੁਹਾਨੂੰ 20% ਸਸਤਾ ਹੀ ਮਿਲੂਗਾ ਇਹ ਮੇਰੀ ਤੁਹਾਡੇ ਨਾਲ ਗਰੰਟੀ ਹਾਰਦੇ ਰੇਟ ਦੀ ਮੈਂ ਗਰੰਟੀ ਰੇਟ ਤਾਂ ਮੈਂ ਚੈਲੰਜ ਦੇਵਾਂਗਾ ਕਿਉਂਕਿ ਰੇਟ ਦੇਖੋ ਅਸੀਂ ਵੇਖੋ ਜਿੰਨੇ ਮਾਰਜਨ 5-7% ਦਾ ਲਾਉਣਾ ਵਾ ਅਤੇ ਉਹਨੇ ਆਪੇ ਸਸਤਾ ਔਰ ਆਪਣੇ ਆਪ ਹੀ ਹੋਣਾ ਔਰ ਆਪੇ ਬ੍ਰਾਂਡਿਡ ਚੀਜ਼ ਸਸਤੀ ਵਿਕਣੀ ਆ ਜਿਹਨੇ ਮਾਰਜਨ ਹੀ 100-100% ਲਾਉਣਾ ਵਾ ਉਹਦੀ ਤਾਂ ਆਪੇ ਮਹਿੰਗੀ ਹੋਣੀ ਇਹ ਚੀਜ਼ ਅਸੀਂ ਮਾਰਜਨ 5-7% ਨਾਲ ਚੱਲਦੇ ਇਸ ਤੋਂ ਬਾਅਦ ਮਾਰਜਨ ਨਹੀਂ ਘੱਟਦਾ ਹੁਣ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਜੈਂਟਸ ਸੈਕਸ਼ਨ ਦੇ ਵਿੱਚ ਜੈਂਟਸ ਵਾਸਤੇ ਕੀ ਸਪੈਸ਼ਲ ਆਇਆ ਨਵੀਂ ਵਰਾਇਟੀ ਕਿਹੜੀ ਆਈ ਹੈ ਸਰ ਕਿਹੜੇ ਕੋਟ ਪੈਂਟ ਲੱਗ ਰਹੇ ਅਤੇ ਨਵੇਂ ਆਏ ਆ ਨਵੀਂ ਵਰਾਇਟੀ ਆਈ ਆ ਇਹ ਵਰਾਇਟੀ ਜਿਹੜੀ ਆਪਾਂ 3000 ਰੁਪਏ ਦਾ ਕੋਟ ਪੈਂਟ ਕਸਟਮਰ ਨੂੰ 2 ਪੀਸ ਦੇ ਰਿਹਾ ਹੈ ਉਹ ਵਰਾਇਟੀ ਆ ਕਸਟਮਰ ਇਹ ਤਾਂ ਮੈਂ ਸਿਰਫ 10-12 ਕਲਰ ਹੀ ਮੁੰਡਿਆਂ ਕੋਲ ਕਢਵਾ ਸਕਿਆ ਮੇਰੇ ਕੋਲ ਇਹਦੇ ਵਿੱਚ 26-27 ਕਲਰ ਆਉਂਦੇ ਪਲੇਨ ਕੱਪੜੇ ਦੇ ਵਿੱਚ ਕਿ ਗਾਹਕ ਜਦੋਂ ਮੇਰੇ ਕੋਲ 3000 ਰੁਪਏ ਦਾ ਕੋਟ ਪੈਂਟ ਲੈਣ ਆਉਂਦਾ ਮੈਂ ਉਹਨੂੰ ਇਹ ਨਹੀਂ ਕਹਿੰਦਾ ਭਾਅ ਜੀ ਮੈਂ ਸਿਰਫ ਉਹਦੇ 2 ਥਾਂ ਹੈਗੇ ਆ ਉਹਨੂੰ ਕਹੀਦਾ ਕਿ ਜੇ 100 ਥਾਂ ਚਾਹੀਦਾ 100 ਥਾਂ 1 ਮਿੰਟ ਦੇ ਵਿੱਚ ਉਹਦੇ ਅੱਗੇ ਆ ਜਾਏਗਾ ਨਾ ਹੀ ਕੱਪੜੇ ਦੀ ਕੁਆਲਿਟੀ ਵਿੱਚ ਕੰਮ ਹੈ ਸ਼ੁਰੂ ਤੋਂ ਹੀ ਇਹੀ ਕਹਿਣਾ ਆ ਰਿਹਾ ਕਿ ਜੇ ਮੈਂ ਕਹਿਣਾ ਵਾ CRM ਦਾ ਕੱਪੜਾ ਦੇਣਾ ਤਾਂ ਮੈਂ CRM ਦਾ ਹੀ ਕੱਪੜਾ ਕਸਟਮਰ ਨੂੰ ਹਮੇਸ਼ਾ ਦਿਖਾਇਆ ਵਾ ਮੈਂ ਇੱਕ ਪਹਿਲੀ ਗੱਲ ਤਾਂ ਇਟਾਲੀਅਨ ਥਾਨ ਮੇਰੀ ਦੁਕਾਨ ਦੇ ਵਿੱਚ ਹੈਗਾ ਹੀ ਨਹੀਂ ਹੈ ਮੈਂ ਹਮੇਸ਼ਾ CRM ਦਾ ਹੀ ਕੱਪੜਾ ਦਿਖਾਉਂਦਾ ਵਾਂ ਅਤੇ ਕਸਟਮਰ CRM ਦਾ ਹੀ ਕੱਪੜਾ ਵੇਚਦਾ ਕਸਟਮਰ ਨੂੰ ਅਤੇ CRM ਦੇ ਨਾਲ ਸ਼ਰਟ ਸਟਿਚ ਕਰਵਾ ਕੇ ਦੇਈਦੀ ਆ ਮਤਲਬ ਕੋਟ ਪੈਂਟ ਜਿਹੜਾ ਵਾ 3000 ਰੁਪਏ ਦਾ ਸ਼ਰਟ ਦੀ ਸਟਿਚਿੰਗ ਅਲੱਗ ਸ਼ਰਟ ਦੀ ਚਾਰਜਿਸ ਵੀ ਅਲੱਗ ਹੁੰਦੇ ਆ ਅਤੇ ਕੋਟ ਪੈਂਟ ਇਕੱਲਾ ਤੁਹਾਨੂੰ 2 ਪੀਸ 3000 ਰੁਪਏ ਦਾ ਮਿਲੂਗਾ ਅਤੇ 3 ਪੀਸ 4000 ਰੁਪਏ ਦਾ ਹੁਣ ਇਹਦੇ 'ਚ ਵੇਖੋ ਕਲਰ ਵੇਖੋ ਮੈਂ ਸਿਰਫ 10-12 ਕਲਰ ਕਾਲੀ ਨਾ ਕਢਵਾ ਸਕਿਆ ਕਿਉਂਕਿ ਮੇਰੇ ਕੋਲ ਥੱਲੇ ਕਸਟਮਰ ਹੈਗਾ ਆਹ ਦੇਖੋ ਜੀ ਚੀਜ਼ਾਂ ਦੇਖੋ ਕਲਰ ਦੇਖੋ ਕਿੰਨੇ ਸ਼ਾਨਦਾਰ ਆ ਇਹਦਾ 10 ਕਲਰ ਹੈਗੇ ਆ ਮੇਰੇ ਕੋਲ 26-27 ਕਲਰ ਹੈਗੇ ਇਹਦੇ ਵਿੱਚ ਹੁਣ ਆਹ ਦੇਖੋ ਜੀ ਡਿਜ਼ਾਇਨਿੰਗਾਂ ਦੇਖੋ ਬੁੱਕਸ ਵੀ ਨਵੀਆਂ ਵੀ ਡੇਲੀ ਨਵੀਆਂ ਬੁੱਕਸ ਆ ਰਹੀਆਂ ਆਹ ਦੇਖੋ ਚੀਜ਼ਾਂ ਸ਼ੇਰਵਾਨੀ ਦੇ ਵਿੱਚ ਡਿਜ਼ਾਈਨ ਆ ਰਹੇ ਆ ਦੇਖੋ ਸਟਾਈਲ ਦੇਖੋ ਹੁਣ ਇੱਕ ਨਾ ਅਸੀਂ ਨਿਊ ਆਈਟਮ ਪੇਸ਼ ਕਰਨ ਲੱਗੇ ਹਾਂ ਜਿਵੇਂ ਅੱਗੇ ਅਸੀਂ ਕੋਟਨ ਦਾ ਕੁੜਤਾ ਪਜਾਮਾ ਦਿੰਦੇ ਸੀਗੇ ਵਿਦ ਬਾਸਕਟ 2000 ਰੁਪਏ ਦਾ ਹੁਣ ਅਸੀਂ ਕੋਟਨ ਦੀ ਜਗ੍ਹਾ ਸਿਲਕ ਦਾ ਕੁੜਤਾ ਪਜਾਮਾ ਕਰਤਾ ਵਾ ਉਹ ਤੁਹਾਨੂੰ ਮਿਲੇਗਾ 2500 ਰੁਪਏ ਦਾ ਕੁੜਤਾ ਪਜਾਮਾ ਵਿਦ ਬਾਸਕਟ ਨਾਲ ਸਟਿਚਿੰਗ ਪੈਂਟ ਕੱਟ ਦੀ ਸਟਿਚਿੰਗ
ਕਿ ਵੇ ਆ ਦੇਖੋ ਜੀ ਹੁਣ ਆਹ ਦੇਖੋ ਆਹ ਕੱਪੜਾ ਤੁਹਾਨੂੰ ਦਿਖਾਉਣ ਲੱਗਾ ਸੀ ਲੱਗਦਾ ਕੁੜਤਾ ਪਜਾਮਾ ਜੇ ਆਹ ਦੇਖੋ ਜੀ ਪਾਰਟੀ ਵੇਅਰ ਕੁੜਤਾ ਪਜਾਮਾ ਹੁੰਦਾ ਹੈ ਦੇਖੋ ਜੀ ਸਟੱਫ ਦੇਖੋ ਜੀ ਦੇਖੋ ਜੀ ਇਹ ਵੀ ਕੁਆਲਿਟੀ ਵਾਈਜ਼ ਮਤਲਬ ਦੂਜਾ ਫੜੀਆਂ ਵਾਲਾ ਮਾਲ ਨਹੀਂ ਗਾ ਇਹ ਬ੍ਰਾਂਡਿਡ ਮਾਲ ਹੈਗਾ ਮਤਲਬ ਤੈਵਾਂ ਵਾਲਾ ਮਾਲ ਨਹੀਂ ਫੱਟੀਆਂ ਵਾਲਾ ਮਾਲ ਹੈਗਾ ਮਤਲਬ ਇਹ ਨਹੀਂ ਕਿ ਢੇਰੀਆਂ ਲਾਈਆਂ ਹੀ ਐਂ ਕਰਕੇ 30-40 ਰੁਪਏ ਮੀਟਰ ਵਾਲਾ ਕੱਪੜਾ ਯੂਜ਼ ਕਰਨਾ ਬ੍ਰਾਂਡਿਡ ਕੱਪੜਾ ਜੇ ਅਤੇ ਨਾਲ ਇਹਦੇ ਵਾਸਕਟ ਲਓ ਜੀ ਆਹ ਦੇਖੋ ਵਾਸਕਟ ਆਹ ਯੂਜ਼ ਚਾਹੇ ਚਲੋ ਲਾਈਟ ਨਾਲ ਤਾਂ ਡਾਰਕ ਹੀ ਸੋਹਣੀ ਲੱਗਦੀ ਆ ਆਹ ਤੁਹਾਨੂੰ ਕਨਸੈਪਟ ਤਿਆਰ ਕਰਕੇ ਮਿਲੇਗਾ 2500 ਰੁਪਏ ਦਾ ਸਿਲਕ ਦਾ ਕੁੜਤਾ ਪਜਾਮਾ ਸੀਤਾ ਸਵਾਇਆ ਹਾਂਜੀ ਪੈਂਟ ਕੱਟ ਸੂਟ ਹੋਏਗਾ ਅਤੇ ਬੈਨ ਗਲੇ ਵਾਲੀ ਨਾਲ ਵਾਸਕਟ ਹੋਏਗੀ ਕੱਪੜਾ ਵੀ ਵਿੱਚ ਹੀ ਸਟਿਚਿੰਗ ਵੀ ਵਿੱਚ ਹੀ ਸਾਰਾ ਕੁਝ ਵਿੱਚ ਹੀ ਹਾਂਜੀ ਹਾਂਜੀ ਹਾਂ ਸਾਰਾ ਕੁਝ ਵਿੱਚ ਹੀ ਲੋਕੀ ਇਕੱਲਾ ਕੁੜਤਾ ਪਜਾਮਾ ਹੀ 2000 ਰੁਪਏ ਦਾ ਵੇਚਦੇ ਅਗਲਾ ਅਤੇ ਆਹ 1600-1700 ਰੁਪਏ ਮੀਟਰ ਔਨਲਾਈਨ ਹੋ ਕੇ ਵੇਚਦੇ ਅਸੀਂ 1600-1700 ਰੁਪਏ ਮੀਟਰ ਬਹੁਤ ਸਸਤਾ ਵੇਚ ਰਹੇ ਹਾਂ ਜੀ ਅਸੀਂ 2500 ਰੁਪਏ ਦੀ ਦੇ ਵਿੱਚ ਕੁੜਤਾ ਪਜਾਮਾ ਵੀ ਨਾਲ ਵੀ ਤਾਂ ਵਾਸਕਟ ਸਟਿਚ ਕਰਵਾ ਕੇ ਦੇ ਦੀ ਹੈ ਸਸਤਾ ਕਹਿਣ 'ਚ ਨਹੀਂ ਗਾ ਸਸਤਾ ਕਰਨ 'ਚ ਹੁੰਦਾ ਜੀ ਦੇਖੋ ਚੀਜ਼ਾਂ ਹੁਣ ਆਹ ਦੇਖੋ ਸਾਰੀਆਂ ਕੁਆਲਿਟੀਆਂ ਦੇਖੋ ਵਾਸਕਟਾਂ ਦੇ ਕਿੰਨੇ ਡਿਜ਼ਾਈਨ ਹੈਗੇ ਆ ਦੇਖੀ ਜੋ ਡਿਜ਼ਾਈਨ ਦੇਖੋ ਕਿੰਨੇ ਡਿਜ਼ਾਈਨ ਆ ਕੁੜਤੇ ਪਜਾਮਾ ਦੇ ਸਟੱਫ ਮੇਰੇ ਕੋਲ ਬੜੇ ਤਰ੍ਹਾਂ ਦੇ ਹੈਗੇ ਨਿਊ ਸਟੱਫ ਆਏਗੀ ਦਾ ਕੋਟਨ ਆਏਗੀ ਤੁਹਾਨੂੰ ਮਿਲੇਗੀ ਮੇਰੇ ਕੋਲ ਪੇਪਰ ਕੋਟਨ ਮਿਲ ਜਾਏਗੀ ਮੇਰੇ ਕੋਲੋਂ ਰੇਮੰਡ ਦੇ ਹਰ ਤਰ੍ਹਾਂ ਦੇ ਸਟੱਫ ਮਿਲ ਜਾਣਗੇ ਦੇਖੋ ਚੀਜ਼ਾਂ ਦੇਖੋ ਸਟਾਈਲ ਦੇਖੋ ਪ੍ਰਿੰਟ ਵਾਸਕਟਾਂ ਜਿਹੜੀਆਂ ਮਰਜ਼ੀ ਨਾਲ ਲਗਾਓ ਹੁਣ ਆਹ ਸਿਲਕ ਦੇ ਕੁੜਤੇ ਪਜਾਮੇ ਵਿੱਚ ਵੀ ਮੇਰੇ ਕੋਲ 10-10 ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਵੀ ਦੇਖੋ ਜੀ ਚੀਜ਼ਾਂ ਦੇਖੋ ਵਾਸਕਟਾਂ ਦੇ ਡਿਜ਼ਾਈਨ ਦੇਖੋ ਕੁਆਲਿਟੀਆਂ ਆਹ ਦੇਖੋ ਹੁਣ ਆਹ ਸਾਰੇ ਕੁੜਤੇ ਪਜਾਮੇ ਦੇ ਡਿਜ਼ਾਈਨ ਲੱਗੇ ਡਾਰਕ ਕਲਰਸ ਦੇ ਵਿੱਚ ਆਹ ਸਾਰੇ ਇਹਦੇ ਵਿੱਚ ਰੇਂਜ ਹੈਗੀ ਜੇ 650 ਤੋਂ ਲੈ ਕੇ ਅਤੇ 1200 ਅਤੇ 1300 ਤੱਕ ਅਤੇ ਉਹ ਅੱਗੇ ਵਾਈਟ ਕੁੜਤੇ ਪਜਾਮੇ ਮੇਰੇ ਕੋਲ ਵੱਡੇ ਬਰਦੇ ਸ਼ੁਰੂ ਹੋ ਜਾਂਦੇ 650 ਤੋਂ ਅਤੇ 1500-1600 ਰੇਮੰਡ ਤੱਕ ਦਾ ਕੱਪੜਾ ਮੇਰੇ ਕੋਲ ਵਧੀਆ ਤੁਹਾਨੂੰ ਮਿਲ ਜਾਏਗਾ ਹੁਣ ਤੁਹਾਨੂੰ ਮੈਂ ਇੱਕ ਦੋ ਆਈਟਮਾਂ ਕੱਢ ਕੇ ਵਿਖਾਉਣਾ ਰੇਮੰਡ ਦੀਆਂ ਵਿਖਾਉਣਾ ਰੇਮੰਡ ਵਿਖਾਉਂਦੇ ਹਾਂ ਕੋਈ ਕਸਟਮਰ ਮੈਨੂੰ ਕਹੇ ਨਾ ਕਿ ਤੁਸੀਂ ਰੇਮੰਡ ਦਾ ਕੁੜਤਾ ਪਜਾਮਾ ਦੱਸ ਦਿੰਦੇ ਜੇ ਵਿਖਾਉਂਦੇ ਨਹੀਂ ਜੇਗੇ ਹੈਲੋ ਜੀ ਆਹ ਰੇਮੰਡ ਦਾ ਕੁੜਤਾ ਪਜਾਮਾ ਆ ਭਾਈ ਚੈੱਕ ਕਰੋ ਮੋਰ ਦੇਖੋ ਜੀ ਰੇਮੰਡ ਦੇ ਮੇਰੇ ਕੋਲ ਹਰ ਤਰ੍ਹਾਂ ਦੇ ਕੁੜਤੇ ਪਜਾਮੇ ਹੈਗੇ ਆ ਸੀ ਆਰ ਐਮ ਦਾ ਵੀ ਜੇ ਸੀ ਆਰ ਹੈਲੋ ਆ ਪਲੇਨ 'ਚ ਆ ਜਾਏਗਾ ਸਟੱਫ ਹੈਲੋ ਜੀ ਆਹ ਸੀ ਆਰ ਐਮ ਦੇ ਵੀ ਆ ਗਏ ਜੇ ਕਸਟਮਰ ਕਹੇ ਨਾ ਕਿ ਦਿਖਾਉਣ ਦੇ ਵਿੱਚ ਕੋਈ ਫਰਕ ਨਾ ਆਵੇ ਕੱਪੜੇ ਨੂੰ ਕੋਈ ਕਸਟਮਰ ਦੇ ਮਨ ਦੇ ਵਿੱਚ ਇਹ ਡਾਊਟ ਨਾ ਆਵੇ ਕਿ ਤੁਸੀਂ ਸਾਨੂੰ ਸੀ ਆਰ ਐਮ ਦਾ ਕੱਪੜਾ ਦਿਖਾਇਆ ਨਹੀਂ ਕੁੜਤੇ ਪਜਾਮੇ ਦਾ ਦੇਖੋ ਜੀ ਹੁਣ ਇਹਦੇ ਕਲਰ ਜਿਹੜੇ ਆ ਉਹ ਦੇਖੋ ਲੱਗੇ ਆ ਸਾਰੇ ਕਲਰ ਇਹਦੇ ਵਿੱਚ ਲੱਗੇ ਆ ਦੇਖੋ ਚੀਜ਼ਾਂ ਮਤਲਬ ਕੱਪੜਾ ਦੇਖੋ ਆਹ ਸ਼ਰਟਿੰਗ ਦੇ ਡਿਜ਼ਾਈਨ ਹੈਗੇ ਸਾਰੇ ਆਹ ਸਾਰੇ ਸ਼ਰਟਸ ਹੈਗੀਆਂ ਸਾਰੀਆਂ ਕਸਟਮਰ ਜਿੱਦਾਂ ਦੀਆਂ ਮਰਜ਼ੀ ਸ਼ਰਟ ਸਟਿਚ ਕਰਵਾਵੇ ਸਾਡੇ ਕੋਲ ਸ਼ਰਟ ਜਿਹੜੀ ਹੈ 150 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ 2.5 ਮੀਟਰ ਕੱਪੜਾ ਵੱਡੇ ਵਰਦੀ ਜਿਹੜੀ ਆ ਪ੍ਰਿੰਟ ਸ਼ਰਟ 450-450 ਰੁਪਏ ਦੀ ਬਹੁਤ ਵਧੀਆ ਸ਼ਰਟ ਆ ਜਾਂਦੀ ਆ ਹੁਣ ਅਸੀਂ ਆਰਾਮ ਦੀ ਦਈਏ ਸ਼ਰਟ ਵਾਲਾ ਡੱਬਾ ਫੜੇਂਗੇ ਦਾ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਅਸੀਂ ਇਹਨਾਂ ਦੀ ਨਹੀਂ ਗੱਲ 'ਤੇ ਯਕੀਨ ਕਰਦੇ ਅਸੀਂ ਆਪਣੀ ਗੱਲ 'ਤੇ ਨਹੀਂ ਅਸੀਂ ਕਹਿੰਦੇ ਤੁਸੀਂ ਸਾਡੇ ਯਕੀਨ ਕਰੋ ਪਰ ਜਿਹੜੀ ਕਸਟਮਰਸ ਕਹਿ ਰਹੇ ਐਟਲੀਸਟ ਤੁਸੀਂ ਕਸਟਮਰ ਦੀ ਗੱਲ 'ਤੇ ਯਕੀਨ ਕਰੋ ਅਸੀਂ ਕਸਟਮਰ ਨਾਲ ਵੀ ਤੁਹਾਡੀ ਗੱਲ ਕਰਵਾ ਚੁੱਕੇ ਹਾਂ ਤੁਸੀਂ ਦੇਖ ਚੁੱਕੇ ਹਾਂ ਕਸਟਮਰ ਜਿਹੜਾ ਆ ਉਹ ਵੀ ਇਹੀ ਕਹਿ ਰਿਹਾ ਸੀਗਾ ਕਿ ਇੱਥੇ ਜਿਹੜਾ ਆ ਬ੍ਰਾਂਡਡ ਕੱਪੜਾ ਜਿਹੜਾ ਆ ਬੜਾ ਸਸਤਾ ਮਿਲ ਰਿਹਾ ਅਸੀਂ ਇਸ ਲਈ ਅਸੀਂ ਬੜੀ ਦੂਰੋਂ ਦੂਰੋਂ ਆ ਰਹੇ ਹਾਂ ਇੱਥੇ ਸ਼ਾਪਿੰਗ ਕਰਨ ਦੇ ਲਈ ਆਰਾਮ ਦੀ ਜਿਹੜੀ ਪਲੇਨ ਸ਼ਰਟ ਕੋਟ ਪੈਂਟਾਂ ਦੇ ਥੱਲੇ ਪਾਉਣ ਵਾਸਤੇ ਆਹ ਦੇਖੋ ਜੀ ਸ਼ਰਟ ਦੇਖੋ ਜੀ ਸ਼ਰਟ ਦਾ ਜਿਹੜਾ ਕੱਪੜਾ ਵੀ ਨਾਲ ਉਹ ਵੀ ਨਹੀਂ ਲੋਕਲ ਕਸਟਮਰ ਨੂੰ ਦੇਣਾ 450 ਰੁਪਏ ਦੀ ਸ਼ਰਟ ਹੈ 250 ਰੁਪਏ ਦੀ ਸਟਿਚਿੰਗ ਲੱਗਦੀ 700 ਰੁਪਏ ਦੀ ਸ਼ਰਟ ਅਸੀਂ ਸਟਿਚ ਕਰਵਾ ਕੇ ਦਿੰਦੇ ਹਾਂ ਵਾਲੀ ਸੀ ਆਰਾਮ ਦੀ ਬ੍ਰਾਂਡਿਡ ਸ਼ਰਟ ਆ ਕੋਈ ਲੋਕਲ ਸ਼ਰਟ ਨਹੀਂ ਗੀ ਇਹੀ ਤੁਸੀਂ ਦੇ ਰੈਡੀਮੇਡ ਦੇ ਵਿੱਚ ਲੈਣ ਚਲ ਜਾਓ ਨਾ ਪੀਟਰ ਇੰਗਲੈਂਡ ਵਗੈਰਾ ਜਾਂ ਦੀ 22-23-23 ਰੁਪਏ ਦੀ ਸ਼ਰਟ ਦਿੰਦੇ ਕੱਪੜੇ ਇਹੀ ਹੁੰਦੇ ਆ ਆਹ ਦੇਖੋ ਜੀ ਸਾਡੇ ਕੋਲ ਪ੍ਰਿੰਟ ਵਿੱਚ ਆ ਜਾਣਗੇ ਹੈਲੋ ਹੈਲੋ ਜੀ ਆਹ ਦੇਖੋ 450 ਰੁਪਏ ਦੀ ਸ਼ਰਟ ਆਏਗੀ ਸਟਿਚ ਕਰਵਾ ਕੇ 700 ਰੁਪਏ ਦੀ ਪਏਗੀ ਜੀ ਸੀ ਆਰਾਮ ਦੀ ਜੀ ਚੈੱਕ ਕਰੋ ਜੀ ਦੇਖੋ ਕੋਈ ਲੋਕਲ ਕੱਪੜਾ ਇਸ ਦੁਕਾਨ 'ਤੇ ਆਉਣਾ ਹੀ ਨਹੀਂ ਜੀ ਲੋਕਲ ਕੱਪੜੇ ਨਹੀਂ ਵਿਖਾਉਣੇ ਹੈਲੋ ਜੀ ਆਹ ਗਰਮ ਦੇ ਵਿੱਚ ਆਉਂਦੀ ਜੇ ਬੋਂਬੇ ਰਿਓਨ ਦੀ ਸ਼ਰਟ ਜੇ ਦੇਖੋ ਜੀ ਇਹ ਜੇ ਬੋਂਬੇ ਰਿਓਨ ਲਿਖਿਆ ਪਰ ਬੋਂਬੇ ਰਿਓਨ ਹੀ ਕਹਿਣਾ ਉਹਨੂੰ ਰੇਮੰਡ ਨਹੀਂ ਕਹਿ ਰਹਿਣਾ ਕਿਉਂਕਿ ਕਸਟਮਰ ਤੁਹਾਨੂੰ ਬੜਾ ਪੜ੍ਹਿਆ ਲਿਖਿਆ ਹੈਗਾ ਦੇਖੋ ਡਿਜ਼ਾਈਨ ਪ੍ਰਿੰਟ 'ਤੇ ਆਹ ਦੇਖੋ ਜੀ 450 ਰੁਪਏ ਦੀ ਸ਼ਰਟ ਸੀ ਆਰਾਮ ਦੀ ਦੇਖੋ ਡਿਜ਼ਾਈਨਿੰਗ ਸਟਿਚਿੰਗ ਕਰਵਾ ਕੇ 700 ਰੁਪਏ ਦੇਖੋ ਜੀ ਜੈਂਟਸ ਸੈਕਸ਼ਨ ਵਿੱਚ ਸਾਰਾ ਕੁਝ ਅਸੀਂ ਵੇਖ ਲਿਆ ਅਤੇ ਹੁਣ ਜਿਹੜੀ ਆ ਮੇਨ ਚੀਜ਼ ਹੁੰਦੀ ਆ ਪਗੜੀ ਹੁੰਦੀ ਆ ਸੋ ਪਗੜੀ ਵੀ ਇੱਥੇ ਤੁਸੀਂ ਹਰ ਇੱਕ ਕਲਰ ਕਹਿੰਦੇ ਕਿ ਇੱਥੇ ਤੁਹਾਨੂੰ ਜਿੱਦਾਂ ਦਾ ਕਲਰ ਤੁਸੀਂ ਲੈਣਾ ਚਾਹੁੰਦੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਜਿਹੜਾ ਕਲਰ ਆ ਉਹ ਇੱਥੇ ਮਿਲ ਜਾਏਗਾ ਔਰ ਕਈ ਵਾਰ ਕੀ ਹੁੰਦਾ ਦੁਕਾਨਾਂ ਦੇ ਵਿੱਚ ਜਿਹੜਾ ਕਲਰ ਸਾਨੂੰ ਉਹ ਵਾਲਾ ਆਪਣਾ ਪਸੰਦੀਦਾ ਨਹੀਂ ਮਿਲਦਾ ਬਟ ਇੱਥੇ ਤੁਸੀਂ ਆਓਗੇ ਤਾਂ ਤੁਹਾਨੂੰ ਤੁਹਾਡੀ ਪਸੰਦੀਦਾ ਹਰ ਇੱਕ ਕਲਰ ਜਿਹੜਾ ਇੱਥੇ ਮਿਲੇਗਾ ਅਤੇ ਸਰ ਬਹੁਤ ਸਾਰੇ ਇਸ ਟਾਈਮ ਕਸਟਮਰ ਜਿਹੜੇ ਇਹ ਕਹਿ ਰਹੇ ਆ ਕਿ ਸਾਨੂੰ ਐਗਜੈਕਟ ਲੋਕੇਸ਼ਨ ਨਹੀਂ ਪਤਾ ਲੱਗਦੀ ਕਈ ਵੇਲੇ ਅਸੀਂ ਬੜੇ ਖੱਜਲ ਖੁਆਰ ਜਿਹੇ ਹੁੰਦੇ ਹਾਂ ਅਤੇ ਤੁਸੀਂ ਇੱਕ ਵਾਰ ਐਗਜੈਕਟ ਜਿਹੜੀ ਆ ਆਪਣੀ ਲੋਕੇਸ਼ਨ ਜ਼ਰੂਰ ਦੱਸ ਦਿਓ ਸਾਡੇ ਦਰਸ਼ਕਾਂ ਨੂੰ
एग्जैक्ट लोकेशन एक तो साढ़े किसी भी कस्टमर जिन्हों नहीं पता लगता जो दूरों आता वा कस्टमर जो पहली बार जंडियाला गुरु हाँ वैसे शॉप है कि मेन जंडियाला गुरु शहर के अमृतसर जिले जंडियाला गुरु शहर जोड़े कस्टमर जो दूरों आते अड्डे कस्टमर चाहे तरन तारण वाली साइड तो आ रहे हैं कोई जलंधर वाली साइड तो आता कोई लुधियाने वाली साइड तो आता वा जे कस्टमर नहीं पता लगता वो जंडियाला गुरु शहर के सू पहुँच के कॉन्टैक्ट कर लवे साढ़े नाल असी साढ़े शॉप का बंदा उन्होंने जाके लै आएगा कोई इस तरीके की कोई दिक्कत आती सूँ कॉन्टैक्ट करे अं उस वे फोन पिक करके उन्होंने एग्जैक्ट लोकेशन दसागे बाकी जी कस्टमर मैं एक बार एड्रैस समझा भी दिना वा कि भी कस्टमर चाहे अमृतसर तो आ रहा वा या जलंधर वाली साइड तो आ रहा वा हवेली बनी साढ़े से जंडियाला गुरु नवी हवेली हवेली के बिल्कुल ओपोजिट रस्ता जाता वा और अंदर तुम 1.5 किलोमीटर अंदर आ गए ना खब्बे बन्ने जंडियाला गुरु शहर में मुड़ता रस्ता और अंदर आंदे नाल ही सज्जे हाथ जी पहली शॉप आनी कपड़े की वो साड़ी है बिटूरा डिपू बाहर बोर्ड लगा है रैड कलर का बोर्ड लगा है तो नाल एलीवेशन हुई हुई है बिटूरा डिपू सिर्फ एको ही शॉप है साड़ी पूरे जंडियाला गुरु में मतलब एको ही साड़ी ब्रांच है कितने साड़ी कोई ब्रांच नहीं गी सिंगल शॉप है जंडियाला गुरु शहर के तरन तारण रोड जंडियाला गुरु मेरा फोन नंबर है 9914821111 9914821111 जे किसी भी कस्टमर को किसी तरीके की कोई रिक्वायरमेंट है कोई इंक्वायरी करनी है वो इस नंबर पर फोन करे एक उस वे उन्होंने कस्टमर का फोन पिक किया जाएगा और उन्होंने उस वे सारी उन्होंने इंक्वायरी का उन्होंने हल दसया जाएगा। सो अज असी एक बार फिर जंडियाला गुरु बिट्टू के डिपू पर आए थे उत्थे असी बहुत सारी वरायटी देखी और नवी नवी गल्ला जानने भी इतने मिली जिमें कि दाजवरी की अगर तुम शॉपिंग करते 25,000 तो ज़्यादा शॉपिंग करते तो एक टैची जोड़ा है वो फ्री दिता जाता है एज ए गिफ्ट। सो इस अलावा थोड़ा असी वरायटी भी दिखाई बहुत कुछ वेखन मिलिया नवा तो बहुत कुछ जानने मिलिया नवा तो कस्टमरस ना भी गलबात की सब तो वीडी गल ये दर्शक जोड़े आ अगर आते हैं तो उन्होंने एको छत थले सब कुछ मिलता है रुमाला साहब तो लैके ड्रैस तक हर एक चीज़ जी चाहे वह जेंट्स लिए है चाहे लेडीज़ लिए हर एक चीज़ इतने मिल रही है। सो तुम किस चीज़ की वेट कर रहे हैं जल्दी जल्दी इतने आओ क्योंकि रेट जोड़े आ बड़े ही रिजनेबल आ वरायटी जी कल आँदी है तो अज विक जाती है तो जल्दी जल्दी आओ क्योंकि डिजाइन जल्दी जल्दी विक रहे कपड़ा जल्दी जल्दी विक रहा है इन्ना हो पसंदीदी कोई ड्रैस या कोई होर लै जाए तो जल्दी जल्दी पहुँचो तो अगली बार असं फिर थोड़े रूबरू होवे तो उदों तक लई मेनू रूप तो कैमरामैन जसी सैनी नूं दिओ इजाजत धन्नवाद।